स्वागत। मैं हरजिंदर सिंह रंधावा, तुसीं देख रहे हो पंजाब टैलीविजन, और मेरे नाल ने सीनियर जर्नलिस्ट सरदार हमीर सिंह जी, संपादक पंजाब टैलीविजन। इन्हां दे नाल सरदार जगतार सिंह जी इंडियन एक्सप्रेस तो, और सरदार जसपाल सिंह सिद्धू जी UNI तो, सारिआं नूं जी आया। थैंक यू, धन्यवाद, शुक्रिया बड़ी अहम खबर आ रही है फरीदकोट कोर्ट तो। कोटकपूरा मामले दे विच, बेअदबी मामलों तो बाद दीआं घटनावां दे विच, एल के यादव की अगवाई वाली SIT ने चार्जशीट दायर की सी, और ਉਹਦੇ ਵਿੱਚ ਅਹਿਮ ਵਿਅਕਤੀਆਂ ਦੇ, ਪ੍ਰਕਾਸ਼ ਸਿੰਘ ਬਾਦਲ, ਸੁਖਵੀਰ ਸਿੰਘ ਬਾਦਲ, ਸੁਮੇਧ ਸਿੰਘ ਸੈਣੀ ਔਰ ਹੋਰ ਕਾਫੀ ਲੋਕਾਂ ਦੇ ਨਾਂ ਚਾਰਜਸ਼ੀਟ ਦੇ ਵਿੱਚ ਦਾਖਲ ਕਰਤੇ ਗਏ ਸੀ। ਅੱਜ ਦੀ ਤਰੀਕ ਸੀ, 6 ਮਾਰਚ ਤਰੀਕ ਨਿਸ਼ਚਿਤ ਸੀ। ਥੋੜੀ ਦੇਰ ਪਹਿਲਾਂ ਉੱਥੋਂ ਇੱਕ ਅਹਿਮ ਡਿਵੈਲਪਮੈਂਟ ਹੁੰਦੀ ਹੈ। ਸਰਦਾਰ ਹਮੀਰ ਸਿੰਘ ਜੀ, ਇਹ ਇੱਕ ਜਾਣਕਾਰੀ ਸਾਂਝੀ ਕਰ ਦਿਓ, ਅੱਜ ਅਦਾਲਤ ਵਿੱਚ ਜਿਹੜੀ ਪ੍ਰਕਿਰਿਆ ਸੀ ਟ੍ਰਾਇਲ ਦੌਰਾਨ ਚਾਰਜਸ਼ੀਟ ਦਾਇਰ ਹੋਣ ਤੋਂ ਬਾਅਦ ਕੀ ਹੋਇਆ? असल ਦੇ ਵਿੱਚ ਆਪਾਂ ਨੂੰ ਪਤਾ ਸਾਰਿਆਂ ਨੂੰ ਕਿ 24 ਫਰਵਰੀ ਨੂੰ ਇੱਕ 7000 ਪੰਨਿਆਂ ਦੀ ਇੱਕ SIT ਨੇ ਆਪਣੀ ਜਾਂਚ ਰਿਪੋਰਟ ਚਲਾਣ ਦੇ ਰੂਪ ਦੇ ਵਿੱਚ, ਚਾਰਜਸ਼ੀਟ ਦੇ ਰੂਪ ਦੇ ਵਿੱਚ ਪੇਸ਼ ਕੀਤੀ ਸੀ, ਜਿਹਦੇ 'ਚ ਪਹਿਲੀ ਵਾਰ ਚਲਾਣ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੂੰ, ਪ੍ਰਕਾਸ਼ ਸਿੰਘ ਬਾਦਲ ਨੂੰ, ਉਹਨਾਂ ਨੂੰ ਤੇ ਸੁਮੇਧ ਸੈਣੀ, ਉਹਨਾਂ ਨੂੰ ਮਤਲਬ ਨੋਮੀਨੇਟ ਕੀਤਾ ਗਿਆ ਸੀਗਾ ਕਿ ਉਹ ਵੀ ਮੁਲਜ਼ਮਾਂ ਦੇ ਖਾਤੇ ਦੇ ਵਿੱਚ ਆਉਂਦੇ ਨੇ। ਤਾਂ ਉਦੋਂ ਤੋਂ ਬਾਅਦ ਕੋਰਟ ਨੇ 6 ਮਾਰਚ ਪਾਈ ਸੀ, ਔਰ 6 ਮਾਰਚ ਦੀ ਅੱਜ ਦੀ ਤਾਰੀਖ ਤੇ ਹੁਣ 7 ਲੋਕਾਂ ਨੂੰ ਜਿਹੜੇ ਮੁਲਜ਼ਮ ਉਹਦੇ ਵਿੱਚ ਕਰਾਰ ਦਿੱਤੇ ਗਏ ਨੇ, ਉਹਨਾਂ ਨੂੰ ਸੰਮਨ ਕੀਤਾ ਹੈ, ਨੋਟਿਸ ਜਾਰੀ ਕੀਤਾ ਹੈ ਕਿ ਉਹ 23 ਮਾਰਚ ਨੂੰ ਅਦਾਲਤ ਦੇ ਵਿੱਚ ਹਾਜ਼ਰ ਰਹਿਣ, ਨਹੀਂ ਅਦਾਲਤ ਅਗਲਾ ਕਦਮ ਉਠਾਏਗੀ, ਮਜਬੂਰ ਹੋਏਗੀ ਕਿ ਉਹਨਾਂ ਨੂੰ ਫਿਰ ਕਿਸ ਤਰ੍ਹਾਂ ਹਾਜ਼ਰ ਕਰਨਾ ਹੈ। ਮਤਲਬ ਇਹ ਭਾਸ਼ਾ ਉਹਦੀ ਹੈ ਲਿਖੀ ਹੋਈ, ਮਤਲਬ ਸਭ ਨੂੰ ਕਿਹਾ ਕਿ ਤੁਸੀਂ ਹਾਜ਼ਰ ਰਹਿਣਾ ਉਸ ਸਮੇਂ। ਔਰ ਇਹਦੇ 'ਚ ਕੌਣ ਕੌਣ ਬੰਦੇ ਨੇ, ਔਰ ਇਹਦੇ 'ਚ ਉਸ ਸਮੇਂ ਜਿਹੜੀ ਚਾਰਜਸ਼ੀਟ ਸੀ ਕੀ ਸੀ, ਉਹਦੇ 'ਚ ਸੀ ਸੁਮੇਧ ਸਿੰਘ ਸੈਣੀ ਤੇ ਸੁਖਵੀਰ ਸਿੰਘ ਬਾਦਲ ਮਾਸਟਰ ਮਾਈਂਡ ਮੰਨੇ ਗਏ ਸੀ ਉਹਨਾਂ ਮਤਲਬ ਕੋਟਕਪੂਰੇ ਦੀ ਘਟਨਾ ਦੇ ਵਿੱਚ, ਤੇ ਪੁਰਾਣੇ ਤੱਥਾਂ ਤੇ ਪਰਦਾ ਪਾਉਣ ਦੇ ਵਿੱਚ, ਜਿਹੜੇ 3 ਘਟਨਾਵਾਂ ਪੁਰਾਣੀਆਂ ਹੋਈਆਂ ਸੀ, 1 ਜੂਨ ਨੂੰ ਲੈ ਕੇ 1 ਜੂਨ ਨੂੰ ਜਦੋਂ ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਸਿੰਘ ਵਾਲਾ ਤੋਂ ਚੋਰੀ ਹੁੰਦੇ ਨੇ, ਉਦੋਂ ਬਾਅਦ ਫਿਰ ਡੈਰੋਗੇਟਰੀ ਪੋਸਟਰ ਲੱਗਦੇ ਨੇ, ਫਿਰ ਉਹਨਾਂ ਦੇ ਪੱਤਰੇ ਜਿਹੜੇ ਨੇ ਉਹ ਮਿਲਦੇ ਨੇ। ਇਹ ਜਿਹੜੀਆਂ 3 ਘਟਨਾਵਾਂ ਤੇ ਪਰਦਾ ਪਾਉਣ ਦੇ ਮਾਮਲੇ ਦੇ ਵਿੱਚ ਮਤਲਬ ਉਹਨਾਂ ਨੂੰ ਮੰਨਿਆ ਗਿਆ। ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਦੂਜੇ ਖਾਕੇ 'ਚ ਕਿ ਉਹਨੂੰ ਐਗਜੀਕਿਊਟ ਕਰਨ 'ਚ ਉਹਨਾਂ ਨੂੰ ਮਦਦ ਕਰਨ ਦੇ ਰੂਪ ਦੇ ਵਿੱਚ ਮੰਨਿਆ ਗਿਆ ਸੀ। ਹੁਣ ਇਹਨਾਂ ਦੇ ਵਿੱਚ ਇਹ ਹੈ ਕਿ ਜਿਹੜੇ ਮਤਲਬ ਮੈਜਿਸਟਰੇਟ ਨੇ ਅਜੇਪਾਲ ਸਿੰਘ, ਉਹਨਾਂ ਨੇ ਜਿਹੜਾ ਨੋਟਿਸ ਕੀਤਾ ਪ੍ਰਕਾਸ਼ ਸਿੰਘ ਬਾਦਲ ਨੇ, ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ, ਉਪ ਮੁੱਖ ਮੰਤਰੀ ਸਾਬਕਾ ਸੁਮੇਧ ਸਿੰਘ ਸੈਣੀ ਨੇ, IG ਪਰਮਰਾਜ ਸਿੰਘ ਉਬਰਾਨੰਗਲ, ਸਾਬਕਾ SSP ਸੁਖਵਿੰਦਰ ਸਿੰਘ ਮਾਨ, ਚਰਨਜੀਤ ਸ਼ਰਮਾ, DIG ਅਮਰ ਸਿੰਘ ਚਾਹਲ ਨੇ। ਇਹ 6 ਬੰਦੇ ਨੇ ਜਿਨ੍ਹਾਂ ਨੂੰ ਉਸ ਗੱਲ ਦੇ ਵਿੱਚ ਨੋਟਿਸ ਕੀਤਾ ਗਿਆ ਕਿ ਤੁਸੀਂ ਉੱਥੇ ਆਉਣਾ ਹੈ। ਤੇ ਇੱਕ ਹੋਰ ਗੱਲ ਹੈ ਕਿ ਜਿਹੜੇ ਇੱਕ ਉੱਥੋਂ ਦੇ SHO ਵੀ ਇਸ ਚਲਾਣ ਦੇ ਵਿੱਚ ਸ਼ਾਮਲ ਸੀ, ਗੁਰਦੀਪ ਸਿੰਘ ਪੰਧੇਰ। ਉਹ ਇੰਟਰਸਟਿੰਗ ਹੈ ਕਿ ਗੁਰਦੀਪ ਸਿੰਘ ਪੰਧੇਰ ਨੂੰ ਜਿਹੜਾ ਸੰਮਨ ਕੀਤਾ ਗਿਆ ਉਹ ਇਸ ਗੱਲ ਤੇ ਕੀਤਾ ਗਿਆ ਕਿ ਇੱਕ FIR ਜਿਹੜੀ ਦਰਜ ਕੀਤੀ ਸੀ 192 ਨੰਬਰ, ਉਹ ਲੋਕਾਂ ਦੇ ਖਿਲਾਫ ਜਿਹੜੇ ਪ੍ਰੋਟੈਸਟਰ ਸੀ ਉਹਨਾਂ ਦੇ ਖਿਲਾਫ ਕੀਤੀ ਗਈ ਸੀ। ਇਸ SIT ਨੇ ਮੰਨਿਆ ਕਿ ਗੁਰਦੀਪ ਸਿੰਘ ਪੰਧੇਰ ਨੇ ਉੱਪਰਲੇ ਮੁਲਜ਼ਮਾਂ ਨੂੰ ਬਚਾਉਣ ਦੇ ਵਾਸਤੇ ਉਹ ਜਾਣ ਬੁੱਝ ਕੇ ਗਲਤ FIR ਦਰਜ ਕੀਤੀ ਸੀ, ਉਹ ਤਾਂ ਉਹਨਾਂ ਦੇ ਨਾਂ ਕੱਢਦੇ ਸੀ, ਉਹਦੇ 'ਚ ਸੰਮਨ ਗੁਰਦੀਪ ਸਿੰਘ ਪੰਧੇਰ ਨੂੰ ਕੀਤਾ ਗਿਆ ਕਿ ਤੂੰ ਉਸ ਦੇ ਵਿੱਚ ਗਲਤ ਤੱਥ ਜਾਂ ਅਦਾਲਤ ਨੂੰ ਗੁੰਮਰਾਹ ਕੀਤਾ ਜਾਂ ਲੋਕਾਂ ਨੂੰ ਜਾਂ SIT ਨੂੰ ਜਿਹੜਾ ਗੁੰਮਰਾਹ ਕੀਤਾ ਉਸ ਪੱਧਰ ਦੇ ਉੱਤੇ। ਇੱਕ ਅੱਜ ਇੰਟਰਸਟਿੰਗ ਗੱਲ ਹੋਰ ਹੋਈ ਹੈ, ਅਦਾਲਤ ਨੇ 14 ਅਕਤੂਬਰ 2015 ਨੂੰ ਜਦੋਂ ਇਹ ਗੋਲੀਕਾਂਡ ਵਾਪਰਦਾ ਹੈ ਉਹਦੇ ਤੋਂ ਕੁਝ ਮਿੰਟ ਪਹਿਲਾਂ ਦੀ ਇੱਕ ਵੀਡੀਓ ਵੀ ਰਿਲੀਜ਼ ਕੀਤੀ ਹੈ, ਔਰ ਉੱਥੇ ਇੱਕ ਛੱਕੀ ਬੰਦਾ, ਹਥਿਆਰਬੰਦ ਬੰਦਾ ਫਿਰ ਰਿਹਾ ਹੈ ਉਸ ਪੰਡਾਲ ਦੇ ਪਿੱਛੇ ਜਿੱਥੇ ਲੋਕ ਬੈਠੇ ਹੋਏ ਨੇ, ਜੋ 7 ਵਜੇ ਧਰਨਾ ਦੇ ਰਹੇ ਨੇ, ਘੁੰਮ ਰਿਹਾ। ਉਹਦੇ 'ਤੇ ਅਦਾਲਤ ਨੇ ਲੋਕਾਂ ਨੂੰ ਕਿਹਾ ਕਿ ਇਹ ਬੰਦੇ ਦੀ ਪਛਾਣ ਕਰਕੇ ਦੱਸਿਆ ਜਾਏ ਕਿ ਬੰਦਾ ਕੌਣ ਹੈ ਇਹ ਉਸ ਸਾਰੇ ਮਾਮਲੇ ਦੇ ਵਿੱਚ। ਮਤਲਬ ਇਹ ਇੱਕ ਨਵੀਂ ਐਡੀਸ਼ਨਲ ਗੱਲ ਹੈ, ਪਤਾ ਨਹੀਂ ਹੁਣ ਉਹ ਬੰਦਾ ਕੀ ਹੈ, ਕਿਵੇਂ ਕੀ ਹੋਏਗਾ, ਉਹ ਜਦੋਂ ਲੋਕਾਂ ਦੇ ਵਿੱਚ ਅੱਜ ਕੱਲ੍ਹ ਹੁਣ ਸਾਹਮਣੇ ਆਏਗੀ ਵੀਡੀਓ ਸਾਰੀ ਉਸ ਪੱਧਰ ਦੇ ਉੱਤੇ, ਉਹ ਵੀ ਇੱਕ ਗੱਲ ਹੈ। ਔਰ ਇਸੇ ਕਰਕੇ ਇਹ ਜਿਹੜੀ ਜਦੋਂ ਪਹਿਲਾਂ ਚਲਾਣ ਪੇਸ਼ ਹੋ ਗਿਆ ਸੀ ਉਦੋਂ ਅਕਾਲੀ ਦਲ ਨੇ ਇੱਕ ਮੀਟਿੰਗ ਸੱਦ ਕੇ ਡਿਸਕਸ ਕੀਤਾ ਸੀ ਹੁਣ ਕੀ ਕੀਤਾ ਜਾਏ, ਸੰਕਟ ਆ ਗਿਆ ਕੀ ਹੈ। ਔਰ ਮੇਰੀ ਜਦੋਂ ਗੱਲ ਹੋਈ ਵੀ ਤੁਸੀਂ 6 ਅੱਜ ਤੱਕ ਕਿਉਂ ਨਹੀਂ ਕੀਤੀ, ਤੁਹਾਨੂੰ ਜ਼ਮਾਨਤ ਦੀ ਗੱਲ ਹੈ, ਜ਼ਮਾਨਤ 'ਚ ਜਾਣਾ ਐਂਟੀਸਪੇਟਰੀ ਬੇਲ ਦਾ ਕੁਐਸਚਨ ਸੀ, ਤਾਂ ਉਹ ਕਹਿੰਦੇ ਸੀ ਵੀ ਨਹੀਂ, ਵਕੀਲਾਂ ਨੇ ਕਿਹਾ ਉਹਨਾਂ ਨੂੰ ਕਿ ਐਂਟੀਸਪੇਟਰੀ ਜਿਹੜੀ ਬੇਲ ਉਹਦੇ ਲਈ ਐਪਰੀਹੈਂਸ਼ਨ ਜਿਹੜੀ ਕੁਝ ਹੋਣੀ ਚਾਹੀਦੀ ਹੈ। ਅੱਜ ਹੁਣ ਨੋਟਿਸ ਜਾਰੀ ਹੋ ਗਿਆ, ਹੁਣ ਸ਼ਾਇਦ ਇਹ ਇੱਕ ਆਧਾਰ ਬਣ ਜਾਏਗਾ ਕਿ ਉਹਦੀ ਅਰੈਸਟ ਨਾ ਹੋਵੇ ਜਾਂ ਬਾਕੀ ਚੀਜ਼ਾਂ ਨਾ ਹੋਣ, ਤੇ ਇਹ ਪ੍ਰੋਸੈਸ ਇਹ ਤੋਂ ਬਾਅਦ ਚੱਲਣਾ ਉਸ ਲੈਵਲ ਦਾ।
ਪਰ ਅੱਜ ਇਹ ਇੱਕ ਨਵੀਂ ਗੱਲ ਇਹ ਹੋਈ ਹੈ ਕਿ ਪਹਿਲੀ ਵਾਰ 14 ਅਕਤੂਬਰ 2015 ਤੋਂ ਬਾਅਦ ਜਿੰਨੀਆਂ ਐਫ ਆਈ ਆਰ ਹੋਈਆਂ ਜਿੰਨੀਆਂ ਐਸ ਆਈ ਟੀ ਚ ਹੋਈਆਂ ਤਿੰਨ ਤਿੰਨ ਵਾਰ ਇਹਨਾਂ ਤੋਂ ਪੁੱਛਗਿੱਛ ਤਾਂ ਕੀਤੀ ਗਈ ਹੈ ਚੀਫ ਮਿਨਿਸਟਰ ਤੋਂ ਔਰ ਡਿਪਟੀ ਸਾਬਕਾ ਡਿਪਟੀ ਚੀਫ ਮਿਨਿਸਟਰ ਤੋਂ ਪਰ ਕੋਰਟ ਦਾ ਸੰਮਣ ਫਸਟ ਵਾਰ ਆਇਆ ਜੀ ਅਦਾਲਤ ਦਾ ਸੰਮਣ ਚਲਾਉਣ ਤੋਂ ਬਾਅਦ ਇਸ ਲਈ ਇੱਕ ਨਵੀਂ ਪ੍ਰਕਿਰਿਆ ਇੱਕ ਨਵਾਂ ਪ੍ਰੋਸੈਸ ਜਿਹੜਾ ਸਾਡੇ ਜਸਟਿਸ ਸਿਸਟਮ ਦੇ ਵਿੱਚ ਇੱਕ ਨਵਾਂ ਅਟੈਚਮੈਂਟ ਹੋ ਗਈ ਹੈ ਹੁਣ ਅੱਗੇ ਕਿਸ ਤਰ੍ਹਾਂ ਪਤਾ ਲੱਗੇ ਕੀ ਹੋਣਾ ਅਗਲੀ ਪੇਸੀ ਤੇ ਕੀ ਹੋਣਾ ਅੱਗੇ ਕੀ ਹੋਣਾ ਸਿਆਸੀ ਉਹਦੀਆਂ ਕੀ ਐਪਲੀਕੇਸ਼ਨ ਜੋੜਗੇ ਇਹ ਸਾਰਾ ਹੁਣ ਅੱਗੇ ਨਵੀਂ ਡਿਬੇਟ ਦਾ ਇੱਕ ਇਸ਼ੂ ਬਣ ਗਿਆ ਮੈਂ ਸਰਦਾਰ ਜਗਤਾਰ ਸਿੰਘ ਹੋਣਾ ਵੱਲ ਜਾਣਾ ਪਰ ਮੈਨੂੰ ਸਿਰਫ ਉਸ ਤੋਂ ਪਹਿਲਾਂ ਇੱਕ ਮੇਰੀ ਸ਼ੰਕਾ ਨਿਵਰਤ ਕਰ ਦਿਓ ਤੁਸੀਂ ਜ਼ਿਕਰ ਕੀਤਾ ਹੈ ਤੱਥ ਤੇ ਪਰਦਾ ਪਾਉਣ ਲਈ ਤੱਥਾਂ ਤੇ ਪਰਦਾ ਪਾਉਣ ਸੰਬੰਧੀ ਵੀ ਗੱਲ ਆ ਕੀ ਇਹ ਜਿਹੜੀ ਐਸ ਆਈ ਟੀ ਆ ਐਲ ਕੇ ਯਾਦਵ ਵਾਲੀ ਇਹ ਸਿਰਫ ਕੋਟਕਪੂਰਾ ਨੂੰ ਹੀ ਫੋਕਸ ਨਹੀਂ ਸੀ ਕਰ ਰਹੀ ਗੋਲੀ ਕਾਂਡ ਨੂੰ ਕੋਟਕਪੂਰਾ ਦੇ ਵਿੱਚ ਵਾਪਰੀਆਂ ਘਟਨਾਵਾਂ ਨੂੰ ਹੀ ਸਿਰਫ ਫੋਕਸ ਕਰ ਰਹੀ ਸੀ ਜਾਂ ਉਹਦਾ ਜਾਂਚ ਦਾ ਦਾਇਰਾ ਸੀ ਜਾਂ ਇਹ ਪਿੱਛੋਂ ਵੀ ਲੈ ਕੇ ਆਈ ਆ ਸਾਰੇ ਤੱਥ ਇੱਥੋਂ ਤੱਕ ਆਉਣ ਤੱਕ ਦੀ ਸਾਰੀ ਚਾਰਜਸ਼ੀਟ ਦੇ ਵਿੱਚ ਪ੍ਰਕਿਰਿਆ ਦੇ ਵਿੱਚ ਉਹ ਸਾਰੇ ਤੱਥ ਪਾਏ ਗਏ ਕਿ ਕਦੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੁੰਦੇ ਆ ਪੋਸਟ ਲੱਗਦੇ ਆ ਇਹ ਥੋੜਾ ਜਿਹਾ ਕਲੀਅਰ ਕਰ ਦਿਓ ਕਿ ਇਹ ਕੀ ਇਹਦਾ ਦਾਇਰਾ ਕੀ ਸੀਗਾ ਇਸ ਦਾ ਦਾਇਰਾ ਤਾਂ ਕੋਟਕਪੂਰਾ ਮਾਮਲਾ ਸੀ ਪਰ ਬਿਨਾਂ ਸ਼ੱਕ ਉਹਦੇ ਨਾਲ ਲਿੰਕ ਜੋੜਨਾ ਇਹਦੇ ਦਾਇਰੇ ਦਾ ਹਿੱਸਾ ਹੋ ਗਿਆ ਲਿੰਕ ਜੋੜਿਆ ਉਹਨੇ ਵੀ ਕੀ ਇਹਨਾਂ ਨੂੰ ਲੱਗਿਆ ਵੀ ਲੋਕ ਪ੍ਰੋਟੈਸਟ ਕਰਨ ਕਿਉਂ ਆਏ ਜੇ ਤੁਸੀਂ ਐਜ ਏ ਸਟੇਟ ਤੁਸੀਂ ਉਹਦਾ ਪਹਿਲਾਂ ਹੀ ਕੋਈ ਨਾ ਕੋਈ ਹੱਲ ਕੱਢਦੇ ਉਹ ਚੀਜ਼ਾਂ ਨਾ ਹੋਣ ਦਿੰਦੇ ਜਿੰਨੀਆਂ ਚੀਜ਼ਾਂ ਵਾਪਰੀਆਂ ਨੇ ਤੁਸੀਂ ਉੱਥੇ ਪਰਦਾ ਪਾਇਆ ਪਰਦਾ ਪਾਇਆ ਲੋਕ ਪ੍ਰੋਟੈਸਟ ਦੇ ਰੂਪ ਦੇ ਵਿੱਚ ਆਏ ਲੋਕ ਪ੍ਰੋਟੈਸਟ ਦੇ ਰੂਪ ਚ ਸਾਥ ਬੈਠੇ ਸੀ ਤੁਸੀਂ ਪਰਦਾ ਪਾਉਣ ਲਈ ਇਹਦੇ ਤੇ ਫਾਇਰਿੰਗ ਵੀ ਕਰਤੀ 40 ਤੋਂ ਵੱਧ 40 ਦੇ ਕਰੀਬ ਬੰਦੇ ਫੱਟੜ ਹੋ ਗਏ ਉਸ ਪੱਧਰ ਦੇ ਉੱਤੇ ਔਰ ਉਹਦੇ ਚ ਉਹਦੀ ਤੁਸੀਂ ਅਜੇ ਤੱਕ ਵੀ ਜਾਂਚ ਪ੍ਰੋਪਰ ਨਹੀਂ ਕੀਤੀ ਉਹ ਅਲੱਗ ਮਾਮਲਾ ਇੱਕ ਗੱਲ ਇਹ ਵੀ ਮੈਨੂੰ ਲੱਗਦਾ ਲੋਕਾਂ ਮਤਲਬ ਦਰਸ਼ਕਾਂ ਤੱਕ ਜਾਣੀ ਚਾਹੀਦੀ ਹੈ ਜਿਹੜਾ ਪਿਛਲੇ ਦਿਨਾਂ ਚ ਸੁਪਰੀਮ ਕੋਰਟ ਦੀ ਇੱਕ ਗੱਲ ਆ ਗਈ ਸੀ ਕੇਸ ਜਿਹੜੇ ਚੰਡੀਗੜ੍ਹ ਸ਼ਿਫਟ ਹੋ ਗਏ ਚੰਡੀਗੜ੍ਹ ਸਾਰੇ ਕੇਸ ਸ਼ਿਫਟ ਨਹੀਂ ਹੋਏ ਚੰਡੀਗੜ੍ਹ ਉਹ 3 ਮਾਮਲੇ ਸ਼ਿਫਟ ਹੋਏ ਨੇ ਜਿਹਦੇ ਚ ਡੇਰਾ ਮੁਖੀ ਤੇ ਬਾਕੀ ਦੇ ਡੇਰੇ ਤੇ ਜ਼ਿਆਦਾ ਰੋਲ ਮੰਨਿਆ ਜਾਂਦਾ ਹੈ ਉਹ ਸੀਗਾ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਦਾ 1 ਜੂਨ ਦਾ ਮਾਮਲਾ ਉਦੋਂ ਬਾਅਦ ਦਾ ਉਹ ਜਿਹੜਾ ਮਾਮਲਾ ਸੀ ਪੱਤਰੇ ਖੇਡਣ ਦਾ ਤੇ ਤੀਜੀ ਗੱਲ ਜਿਹੜੀ ਸੀ ਡੈਰੋਗੇਟਰੀ ਜਾਂ ਅਪਮਾਨਜਨਕ ਤਰੀਕੇ ਦੇ ਪੋਸਟਰ ਲਾਉਣ ਦਾ ਕਿ ਆਓ ਜਿਹਨੇ ਦੇਖਣਾ ਤੁਹਾਡਾ ਗੁਰੂ ਅਸੀਂ ਫਲਾਣੀ ਜਗ੍ਹਾ ਲੱਭ ਲਓ ਫਲਾਣਾ ਕਰੋ ਪੋਸਟਰ ਲੱਗੇ ਸੀ ਉਹ ਕੇਸ ਸ਼ਿਫਟ ਹੋ ਗਏ ਨੇ ਇਹ ਜਿਹੜੇ 2 ਕੇਸ ਅਜੇ ਚੱਲਦੇ ਨੇ ਇੱਕ ਕੋਟਕਪੂਰੇ ਵਾਲਾ ਮੰਨਿਆ ਇਹ ਜਾ ਰਿਹਾ ਜਿਹੜੇ ਜਾਣਕਾਰ ਉੱਥੇ ਨੇ ਕਿ ਇੱਕ ਨਵਾਂ ਚਲਾਣ ਇਸੇ ਨਾਲ ਜੁੜਿਆ ਐਲ ਕੇ ਯਾਦਵ ਵਾਲੀ ਐਸ ਆਈ ਟੀ ਹੋਰ ਪੇਸ਼ ਕਰਨ ਜਾ ਰਹੀ ਹੈ ਇਸੇ ਅਦਾਲਤ ਦੇ ਵਿੱਚ ਜਿਹੜੀ ਅਦਾਲਤ ਦੇ ਵਿੱਚ ਇਹਨੇ ਸੰਮਣ ਕੀਤਾ ਬਾਕੀ ਸਾਰਿਆਂ ਨੂੰ ਤੇ ਇੱਕ ਅਗਲਾ ਜਿਹੜੀ ਐਸ ਆਈ ਟੀ ਰਹਿੰਦੀ ਹੈ ਨੌਂ ਨਿਹਾਲ ਸਿੰਘ ਵਾਲੀ ਉਹਦੀ 29 ਅਪ੍ਰੈਲ ਪੇਸ਼ੀ ਹੈ ਤੇ 29 ਅਪ੍ਰੈਲ ਤੱਕ ਆਉਂਦਾ ਜਾਂ ਉਦੋਂ ਹੋਰ ਗੱਲ ਚੱਲਦੀ ਹੈ ਉਹਦੀ ਵੀ ਅਜੇ ਚਲਾਣ ਉਹਦਾ ਆਉਣਾ ਹੈ ਮਤਲਬ ਕੋਰਟ ਦੇ ਵਿੱਚ ਸਿੰਘ ਜੀ ਹੁਣ ਨੈਕਸਟ ਕੀ ਇਸ ਤੋਂ ਬਾਅਦ ਕੀ ਜ਼ਮਾਨਤ ਦੀ ਪ੍ਰਕਿਰਿਆ ਹੋਊਗੀ ਤੁਹਾਡੀ ਕਿਸੇ ਵਕੀਲ ਨਾਲ ਗੱਲ ਹੋਈ ਹੋਊਗੀ ਜਦੋਂ ਹੁਣ 23 ਤਰੀਕ ਲਈ ਸੰਮਨ ਕੀਤਾ ਗਿਆ ਪੇਸ਼ ਹੋਣ ਲਈ ਕਿਹਾ ਗਿਆ ਕਿ ਉਸ ਦਿਨ ਜ਼ਮਾਨਤ ਲਈ ਅਪਲਾਈ ਕਰਨਾ ਪਊਗਾ ਕਿ ਇਸ ਦਿਨ ਐਸ ਆਈ ਟੀ ਕੋਈ ਹਿਰਾਸਤੀ ਪੁੱਛਗਿੱਛ ਵੀ ਮੰਗ ਸਕਦੀ ਕਿ ਇਸ ਦਿਨ ਅਦਾਲਤ ਕਿਸੇ ਜੁਡੀਸ਼ੀਅਲ ਕਸਟਡੀ ਚ ਭੇਜਣ ਦਾ ਵੀ ਫੈਸਲਾ ਕਰ ਸਕਦੀ ਹੈ ਜਾਂ ਸਿਰਫ ਇਹ ਇੱਕ ਸੁਣਵਾਈ ਹੋਊਗੀ ਤਰੀਕਾਂ ਵਰਗੀ ਤਰੀਕ ਹੋਊਗੀ ਇਹ ਜਿਹੜਾ ਕੇਸ ਹੈ ਇਹਦੇ ਚ 3 ਬੰਦਿਆਂ ਨੂੰ ਤਾਂ ਪਹਿਲਾਂ ਜ਼ਮਾਨਤ ਮਿਲੀ ਹੋਈ ਹੈ ਹਾਈ ਕੋਰਟ ਤੋਂ ਪਰਮਰਾਜ ਸਿੰਘ ਉਮਰਾਨਗਰ ਨੂੰ ਸੁਮੇਧ ਸੈਣੀ ਨੂੰ ਤੇ SSP ਚਰਨਜੀਤ ਸ਼ਰਮਾ ਨੂੰ ਜਿਨ੍ਹਾਂ ਕੋਈ ਜ਼ਮਾਨਤ ਨਹੀਂ ਹੈ ਉਹਨਾਂ ਕੋਲ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਹੈ ਸੁਖਮਿੰਦਰ ਮਾਨ ਅਮਰ ਸਿੰਘ ਚਾਹਲ ਹੈ DIG ਤੇ ਉਹ ਇੱਕ ਗੁਰਦੀਪ ਸਿੰਘ ਜਿਹੜੇ ਨੇ ਪੰਧੇਰ SHO ਇਹਨਾਂ ਕੋਲ ਜ਼ਮਾਨਤ ਅਜੇ ਨਹੀਂ ਹੈ ਤੇ ਇਹਨਾਂ ਨੂੰ ਜਾਂ ਤਾਂ ਐਂਟੀਸਪੇਟਰੀ ਲੈਣੀ ਪੈਣੀ ਹੈ ਅਪਲਾਈ ਕਰਨਗੇ ਮਿਲਦੀ ਹੈ ਨਾ ਮਿਲਦੀ ਉਹ ਤਾਂ ਕੋਰਟਾਂ ਦਾ ਆਪਣਾ ਇੱਕ ਸੈਟਅਪ ਹੈ ਉੱਥੇ ਜਾਣਾ ਪਊਗਾ ਔਰ ਉਹਨਾਂ ਦਾ ਕਹਿਣਾ ਇਹ ਹੈ ਜਿਹੜੇ ਮਾਹਰ ਵਕੀਲ ਨੇ ਕਿ ਕੋਰਟ ਦੇ ਵਿੱਚ ਜਿਹੜੀ SIT ਹੈ ਤੇ ਉਹ ਕਸਟੋਡੀਅਲ ਹਿਰਾਸਤ ਵੀ ਮੰਗ ਸਕਦੀ ਹੈ ਜੇ ਕੋਰਟ ਸਹਿਮਤ ਹੋਵੇ ਤਾਂ ਕੋਈ ਗੱਲ ਅੱਗੇ ਮਾੜੀ ਮੋਟੀ ਹੋਰ ਪੁੱਛਗਿੱਛ ਕਰਨ ਵਾਲੀ ਹੋਏਗੀ ਨਹੀਂ ਤਾਂ ਫਿਰ ਜੇਲ੍ਹ ਵੀ ਭੇਜ ਸਕਦੀ ਹੈ ਜਾਂ ਜ਼ਮਾਨਤ ਦੇ ਸਕਦੀ ਹੈ ਕੁਝ ਵੀ ਹੋ ਸਕਦਾ ਉਹਨਾਂ ਫਿਰ ਤਾਂ ਉਹ ਕੋਰਟ ਤੇ ਡਿਪੈਂਡ ਕਰੂਗਾ ਉਸ ਦਿਨ ਜਦੋਂ ਵੀ ਅੰਦਰ ਪੇਸ਼ ਹੋਣਗੇ ਕਿਉਂਕਿ ਨਾਰਮਲੀ ਮੇਰੇ ਖਿਆਲ ਨਾਲ ਜਦੋਂ ਕੋਰਟ ਸੱਦਦੀ ਹੈ ਤਾਂ ਜਦੋਂ ਚਾਰਜ ਫਰੇਮ ਕਰਨੇ ਹੁੰਦੇ ਨੇ ਉਹਦੇ 'ਚ ਵੀ ਸਾਰਿਆਂ ਬੰਦਿਆਂ ਨੂੰ ਮੌਜੂਦ ਰਹਿਣਾ ਹੀ ਪੈਂਦਾ ਅਤੇ ਉਹ ਕਿਹੋ ਜਿਹੇ ਚਾਰਜ ਨੇ ਕੀ ਹੋਇਆ ਉਹ ਸਾਰੇ ਗੱਲ 'ਤੇ ਫਿਰ ਟ੍ਰਾਇਲ ਚੱਲ ਪੈਂਦਾ ਉਸ ਕਿਸਮ ਦਾ ਪਰ ਨਾਲ ਦੀ ਨਾਲ ਇੱਕ ਗੱਲ ਜ਼ਰੂਰ ਹੈ ਇੱਕ ਤਾਂ ਇੰਟਰਸਟਿੰਗ ਗੱਲ ਇਹ ਹੈ ਕਿ ਉਸ ਦਿਨ 23 ਮਾਰਚ ਹੈ 23 ਮਾਰਚ ਆਹ ਸਰਕਾਰ ਲਈ ਤੇ ਲੋਕਾਂ ਲਈ ਬੜਾ 23 ਮਾਰਚ 1931 ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਦਾ ਸ਼ਹੀਦੀ ਦਿਹਾੜਾ ਵੀ ਹੈ ਜਿਹੜੇ ਦਿਨ ਕੋਰਟ ਨੇ ਮਤਲਬ
ਸੰਮਣ ਕੀਤਾ ਹੈ ਕਿਵੇਂ ਮੈਚ ਕਰਦੀਆਂ ਨੇ, ਕਈ ਵਾਰ ਫਰਕਣ ਗੱਲਾਂ ਮੈਚ ਕਰਦੀਆਂ ਨੇ, ਕਿਤੇ ਲੋਕਾਂ ਨੂੰ ਇਹ ਨਾ ਵੀ ਆਮ ਆਦਮੀ ਪਾਰਟੀ ਦਾ ਭਗਤ ਸਿੰਘ ਦੀ ਫੋਟੋ ਲਾ ਕੇ ਜਿਹੜਾ ਇੱਕ ਚੀਜ਼ਾਂ ਚਲਾਉਂਦੀ ਹੈ ਉਸ ਪੱਧਰ ਦੇ ਉੱਤੇ। ਔਰ ਦੂਜੀ ਗੱਲ ਇਹ ਹੈ ਕਿ ਇਹ ਜਿਹੜੇ ਕੋਰਟ ਜਿਹੜੇ ਟ੍ਰਾਇਲ ਨੇ, ਫਿਰ ਅੱਗੇ ਸੈਸ਼ਨ 'ਚ ਜਾਂਦਾ, ਫਿਰ ਅੱਗੇ ਹਾਈ ਕੋਰਟ ਜਾਂਦਾ, ਕਾਫੀ ਲੰਬੇ ਖਿੱਚ ਜਾਣ ਦੀ ਉਮੀਦ ਇਹਨਾਂ ਦੀ ਹੁੰਦੀ ਹੈ। ਸਰਦਾਰ ਜਗਤਾਰ ਸਿੰਘ ਜੀ, ਤੁਸੀਂ ਸਾਰੀ ਸਰਦਾਰ ਹਮੀਰ ਸਿੰਘ ਨੇ ਜਿਹੜੀ ਇਬਾਰਤ ਦੱਸੀ ਅੱਜ ਅੰਦਰ ਜੋ ਹੋਇਆ, ਇਹ ਉਹ ਪ੍ਰਕਿਰਿਆ ਜਿਹੜੀ ਪ੍ਰਕਿਰਿਆ ਕੁਦਰਤੀ ਤੌਰ ਤੇ ਅਪਣਾਈ ਜਾਣੀ ਸੀ ਚਾਰਜਸ਼ੀਟ ਦਾਇਰ ਹੋਣ ਤੋਂ ਬਾਅਦ, ਤੁਸੀਂ ਹੁਣ ਇਹਨੂੰ ਸਾਰੀ ਨੂੰ ਸਮਝਿਆ ਕਿਵੇਂ ਆ? ਮੈਂ ਚਾਹੁੰਦਾ ਕਿ ਤੁਹਾਡੇ ਪਹਿਲੇ ਸ਼ਬਦ ਉਹਦੇ ਤੇ ਆ ਜਾਣ। ਇਹ ਤਿੰਨ ਕੇਸ ਜਿਹੜੇ ਹੈਗੇ ਆ, ਬਰਗਾੜੇ ਬੁਰਜ ਤੋਂ ਸ਼ੁਰੂ ਕਰਕੇ, 1 ਜੂਨ ਵਾਲਾ ਬੁਰਜ ਬਰਗਾੜੇ, ਇਹ ਸਮਝ ਲਓ ਇੱਕ ਕੇਸ, ਕੋਟਕਪੂਰਾ ਅਤੇ ਬਹਿਬਲ ਕਲਾਂ, ਇਹ ਦੋ ਕੇਸ ਆਪਣੇ ਆਪ ਰਿਲੇਟਡ ਹੈ, ਲੇਕਿਨ ਇਹ ਤਿੰਨੇ ਹੀ ਕੇਸ ਇੱਕ ਦੂਜੇ ਨਾਲ ਕਲੋਜ਼ਲੀ ਬੱਝੇ ਹੋਏ ਆ। ਜਦੋਂ ਇੱਕ ਦੀ ਗੱਲ ਕੀਤੀ ਜਾਂਦੀ ਹੈ, ਔਰ ਜਦੋਂ ਕੋਰਟ ਇੱਕ ਦੀ ਗੱਲ ਕਰੀਏ ਮਸਲਨ, ਜਦੋਂ ਗੱਲ ਕਰੇਗੀ ਕੋਟਕਪੂਰੇ ਦੀ, ਤਾਂ ਕੋਰਟ ਨੂੰ ਇਹ ਦੇਖਣਾ ਪਏਗਾ ਵੀ ਜਿਹੜਾ ਪ੍ਰੋਟੈਸਟ ਕੋਟਕਪੂਰੇ 'ਚ ਹੋ ਰਿਹਾ ਸੀ ਉਹਦੀ ਜੜ ਦੇ ਵਿੱਚ ਕੀ ਸੀ। ਉਹ ਜਦੋਂ ਜੜ ਦੇ ਵਿੱਚ ਜਾਣਗੇ ਤਾਂ ਫਿਰ 1 ਜੂਨ ਤੱਕ ਪਹੁੰਚ ਜਾਣਗੇ। ਸੋ ਇਹ ਕੇਸ ਤਿੰਨੇ ਹੀ ਇਸ ਕਰਕੇ, ਜਿਹੜਾ ਵੀ ਚਲਾਣ ਪੇਸ਼ ਹੋਏਗਾ, ਇਹ ਸਾਰਾ ਕੁਛ ਹਰ ਚਲਾਣ ਦੇ ਹਰ ਟ੍ਰਾਇਲ ਦੇ ਵਿੱਚ ਇਹ ਗੱਲ ਖੁੱਲ੍ਹੇਗੀ ਕਿ ਇਹ ਸਾਰੇ ਕੇਸਾਂ ਦੇ ਬੈਕਗਰਾਊਂਡ ਕੀ ਹੈ। ਬਿਨਾਂ ਬੈਕਗਰਾਊਂਡ ਤੋਂ ਕਦੇ ਕੋਈ ਕੇਸ ਨਹੀਂ ਚੱਲਿਆ ਕਰਦਾ। ਸੋ ਇਹ ਗੱਲ ਇੱਥੇ ਆ ਕੇ ਫਸ ਜਾਂਦੀ ਹੈ। ਭਾਵੇਂ ਚੰਡੀਗੜ੍ਹ ਕੇਸ ਸ਼ਿਫਟ ਹੋ ਗਏ, ਲੇਕਿਨ ਕੋਟਕਪੂ ਆਪਣੇ ਜਿਹੜੇ ਟ੍ਰਾਇਲ ਕੋਰਟ ਹੈ ਬਹਿਬਲ ਕੇਸ ਦੀ ਔਰ ਕੋਟਕਪੂਰਾ ਕੇਸ ਦੀ, ਉਹਦੇ ਵਿੱਚ ਫਿਰ ਇਹ ਮਸਲਾ ਸਾਰਾ ਬੈਕਗਰਾਊਂਡ ਸਾਰੀ ਆਏਗੀ, ਔਰ ਇਹ ਡਿਪੈਂਡ ਫਿਰ ਜੱਜ 'ਤੇ ਕਰੇਗਾ ਕਿ ਉਹਨੇ ਇਹ ਬੈਕਗਰਾਊਂਡ ਦੇ ਜਿਹੜੇ ਅਕਿਊਜ਼ਡ ਹੈ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਲੈਣਾ ਹੈ। ਜੇ ਕੰਪਲੀਟ ਟ੍ਰਾਇਲ ਕਰਨਾ ਹੈ ਤਾਂ ਉਹ ਥਾਰੋਲੀ ਸਾਰਾ ਕੁਛ ਉਹਦੇ ਜਿਹੜੇ ਬੈਕਗਰਾਊਂਡ ਹੈ ਉਹਦੇ ਵਿੱਚ ਜਾਣਾ ਪਏਗਾ, ਅਦਰਵਾਈਜ਼ ਕੋਰਟ ਨੂੰ ਲੋਜੀਕਲ ਕੰਕਲੂਜਨ 'ਤੇ ਪਹੁੰਚਣ ਵਾਸਤੇ ਦਿੱਕਤ ਆਏਗੀ। ਇਹ ਸਿੰਪਲ ਜੀ ਇਹਦੀ ਇੰਟਰਪ੍ਰੀਟੇਸ਼ਨ ਸਾਰੀ ਗੱਲ ਦੀ ਹੈਗੀ ਹੈ। ਹੁਣ ਇੱਕ ਆਸਪੈਕਟ ਜਿਹੜਾ ਨਾਲ ਬਰਾਬਰ ਦਾ ਹੈ ਉਹ ਹੈ ਸਿਆਸੀ। ਇਹ ਅਜੀਬ ਕੇਸ ਹੈ ਜਿੱਥੇ ਦੋ ਲੈਵਲ 'ਤੇ ਆ ਕੇ ਬਾਦਲ ਪਰਿਵਾਰ ਦਾ ਟ੍ਰਾਇਲ ਹੈ। ਇੱਕ ਤਾਂ ਹੁਣ ਸਮਨ ਕਰ ਲਿਆ ਬਾਦਲ ਪਰਿਵਾਰ ਨੂੰ ਪਹਿਲੀ ਵਾਰੀ ਫਰੀਦਕੋਟ ਦੇ ਟ੍ਰਾਇਲ ਕੋਰਟ ਨੇ, ਅਤੇ ਇੱਕ ਕਚਹਿਰੀ ਹੈ ਲੋਕਾਂ ਦੀ। ਲੋਕਾਂ ਦੀ ਕਚਹਿਰੀ 'ਚ ਇਸ ਪਰਿਵਾਰ ਨੂੰ ਫਤਵਾ ਮਿਲ ਚੁੱਕਿਆ ਹੈ, ਜਿਹੜੀਆਂ 3 ਸੀਟਾਂ ਪਿਛਲੀ ਇਲੈਕਸ਼ਨ ਦੇ ਵਿੱਚ ਅਕਾਲੀ ਦਲ ਨੂੰ ਆਈਆਂ, ਉਹ ਉਸ ਫਤਵੇ ਦਾ ਅਸਰ ਹੈ। ਅਤੇ 17 ਦੇ ਵਿੱਚ ਵੀ ਇਹ ਫਤਵਾ ਸਾਹਮਣੇ ਆ ਗਿਆ ਸੀਗਾ। ਸੋ ਉਹ ਦੋ ਆਸਪੈਕਟ ਹੈਗੇ ਹੁਣ ਇਸ਼ੂ। ਇੱਕ ਤਾਂ ਕ੍ਰਿਮੀਨਲ ਹੈ ਜਿਹੜਾ ਟ੍ਰਾਇਲ ਕੋਰਟ ਨਾਲ ਸੰਬੰਧਿਤ ਹੈ, ਇੱਕ ਸਿਆਸੀ ਹੈ ਜਿਹੜਾ ਅਕਾਲੀ ਦਲ ਦੇ ਭਵਿੱਖ ਨਾਲ ਸੰਬੰਧਿਤ ਹੈ, ਔਰ ਬਾਦਲ ਉਹਦੇ ਨਾਲ ਅਕਾਲੀ ਦਲ ਆਪਣੇ ਬਾਦਲ ਪਰਿਵਾਰ ਦਾ ਭਵਿੱਖ ਜੁੜਿਆ ਹੋਇਆ। ਅਕਾਲੀ ਦਲ ਤਾਂ ਹੀ ਹੁਣ ਰਿਵਾਈਵ ਹੋ ਸਕਦਾ ਹੈ ਪੋਸੀਬਲੀ, ਜੇ ਬਾਦਲ ਪਰਿਵਾਰ ਜਿਹੜਾ ਦੋ ਮੈਂਬਰ ਜੀ ਦੇ ਅਕਿਊਜ਼ਡ ਹੈ ਸਾਰੇ ਮਾਮਲੇ ਦੇ ਵਿੱਚ, ਉਹ ਬੇਗੁਨਾਹ ਸਾਬਤ ਹੋਣ। ਇਹਦੇ ਦੋ ਤਰੀਕੇ ਹੁਣ ਮੇਰੇ ਖਿਆਲ ਦੇ ਵਿੱਚ, ਸਿਆਸੀ ਤੌਰ 'ਤੇ ਵੀ ਅਤੇ ਕ੍ਰਿਮੀਨਲ ਲੈਵਲ 'ਤੇ ਵੀ। ਇੱਕ ਤਾਂ ਹੋ ਗਿਆ ਜਦੋਂ ਆਪਾਂ ਸਿਆਸੀ ਗੱਲ ਕਰਦੇ ਹਾਂ, ਅਤੇ ਬਾਦਲ ਪਰਿਵਾਰ ਨੇ ਜੇ ਆਪਣੇ ਆਪ ਨੂੰ ਬੇਗੁਨਾਹ ਸਿਆਸੀ ਤੌਰ 'ਤੇ ਲੋਕਾਂ ਦੀ ਨਜ਼ਰਾਂ ਦੇ ਵਿੱਚ ਪੇਸ਼ ਕਰਨਾ ਹੈ, ਅਤੇ ਭਾਈ ਤੁਸੀਂ ਅਕਾਲ ਤਖ਼ਤ 'ਤੇ ਪੇਸ਼ ਹੋ ਜਾਓ ਪ੍ਰਧਾਨਗੀ ਛੱਡ ਕੇ। ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਛੱਡ ਦੇਣ, ਅਕਾਲ ਤਖ਼ਤ 'ਤੇ ਪੇਸ਼ ਹੋ ਜਾਣ ਕਿ ਸਾਡਾ ਜੇ ਕੋਈ ਗੁਨਾਹ ਹੈ ਤਾਂ ਸਾਨੂੰ ਸਜ਼ਾ ਲਾਓ। ਸਿੱਖ ਪੰਥ ਦੀ ਰਵਾਇਤਾਂ ਦੇ ਮੁਤਾਬਕ ਇਹ ਕੇਸ ਉਸ ਦਿਨ ਖਤਮ ਹੋ ਜਾਏਗਾ ਜਿਸ ਦਿਨ ਸਜ਼ਾ ਲੱਗ ਜਾਏਗੀ। ਮੁੜ ਕੇ ਪ੍ਰਧਾਨਗੀ ਲੈਣੀ ਹੈ, ਪਾਰਟੀ ਇਹਨਾਂ ਦੀ ਹੈ, ਇਹਨਾਂ ਨੂੰ ਕਿਹਨੇ ਅਪੋਜ਼ ਕਰਨਾ, ਲੈ ਲਓ ਪਾਰਟੀ ਤੁਸੀਂ। ਦੂਸਰਾ ਹੈ ਕਿ ਆਪਣੇ ਆਪ ਨੂੰ ਬੇਗੁਨਾਹ ਸਾਬਤ ਕਰਾਉਣ ਥਰੂ ਟ੍ਰਾਇਲ, ਇਹਨੂੰ ਫਿਰ ਅਪੀਲ ਨਾ ਕਰਨ ਹਾਈ ਕੋਰਟ 'ਚੋਂ, ਐਂਟੀਸਪੇਟਰੀ ਬੇਲ ਲੈ ਕੇ ਇਹਨੂੰ ਕੁਐਸ਼ਨ ਨਾ ਕਰਵਾਉਣ, ਅਤੇ ਆਪਣੇ ਆਪ ਨੂੰ ਜੇ ਸਿਆਸੀ ਤੌਰ 'ਤੇ ਰੀਹੈਬਿਲੀਟੇਟ ਕਰਨਾ ਹੈ ਤਾਂ ਪਹਿਲਾਂ ਕਾਨੂੰਨ ਦੇ ਰਸਤੇ ਤੋਂ ਆਪਣੇ ਆਪ ਨੂੰ ਬੇਗੁਨਾਹ ਸਾਬਤ ਕਰਾਓ, ਕਿਉਂਕਿ ਲੋਕਾਂ ਦੀ ਨਜ਼ਰਾਂ ਦੇ ਵਿੱਚ ਤਾਂ ਤੁਸੀਂ ਗੁਨਾਹਗਾਰ ਹੈਗੇ ਹੈ, ਲੋਕ ਫਤਵਾ ਦੇ ਚੁੱਕੇ ਹੈ। ਸੋ ਇਹ ਦੋਵੇਂ ਆਸਪੈਕਟ ਹੈਗੇ। ਇਹ ਦੇਖਣਾ ਕਿ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਡਿਵੈਲਪਮੈਂਟ ਕਿਵੇਂ ਸ਼ੇਪ ਅਪ ਹੁੰਦੀ ਹੈ। ਪਰ ਕੀ ਐਡਾ ਆਸਾਨ ਹੈ ਕਿ ਟ੍ਰਾਇਲ ਕੋਰਟ ਦੇ ਵਿੱਚੋਂ
ਇਹ ਗੱਲ ਦਿਨਾਂ ਮਹੀਨਿਆਂ ਜਾਂ ਸਾਲਾਂ ਚ ਮੁੱਕ ਜੂਏ ਤਾਂ ਬੜੀ ਲੰਬੀ ਵੀ ਚੱਲ ਸਕਦੀ। ਜੇ 7000 ਰੁਪਇਆ ਦੀ ਰਿਪੋਰਟ ਹੈ ਤਾਂ ਫਿਰ ਉਹਦੇ ਨਾਲ ਗਵਾਹਾਂ ਦੀ ਵੀ ਇੱਕ ਲੰਬੀ ਫਹਿਰਿਸਤ ਹੋਊਗੀ, ਤੇ ਜੇ ਆਮ ਬੰਦੇ ਦੇ ਕੇਸ ਵੀ ਸਾਲਾਂ ਤੱਕ ਚੱਲ ਜਾਂਦੇ ਇਹ ਤਾਂ ਬਹੁਤ ਦੂਰ ਤੱਕ ਜਾ ਸਕਦਾ, ਜਾਂ ਫਿਰ ਫਾਸਟ ਟਰੈਕ ਅਦਾਲਤ ਦੇ ਗਠਨ ਹੋ ਜਾਣ। ਨਹੀਂ ਇਹ ਦੇਖੋ ਇੱਕ ਹੋਰ ਵੀ ਹੈ, ਇਹਨਾਂ ਦੇ ਇੱਕ ਵਾਰੀ ਕੇਸ ਕੈਪਟਨ ਅਮਰਿੰਦਰ ਸਿੰਘ ਨੇ ਕਰਪਸ਼ਨ ਦਾ ਪਹਿਲਾਂ ਵੀ ਬਣਵਾਇਆ ਸੀਗਾ। ਮੈਂ ਥੋੜ੍ਹਾ ਜਿਹਾ ਹੁਣ ਕੰਪੈਰੀਜ਼ਨ ਕਰਦਾ ਹਾਂ, ਜਦਕਿ ਉਹ ਕੇਸ ਵੱਖਰੇ ਨੇਚਰ ਦਾ ਸੀ। ਮੈਂ ਸਿਆਸੀ ਤੌਰ 'ਤੇ ਤੁਹਾਨੂੰ ਸ਼ੇਅਰ ਕਰਦਾ ਉਹਦੇ ਨਾਲ ਆਪਣੇ ਜਿਹੜੇ ਇੰਪ੍ਰੈਸ਼ਨ ਸੀ, ਅਤੇ ਉਸ ਵੇਲੇ ਮੈਂ ਵੀ ਪਟਿਆਲੇ ਗਿਆ ਸੀ ਜਦੋਂ ਇਹ ਜੇਲ੍ਹ ਦੇ ਵਿੱਚ ਸੀ। ਉਸ ਵੇਲੇ ਗੁਰਚਰਨ ਸਿੰਘ ਟੌੜਾ ਵਰਗੇ ਬਰਾਬਰ ਦੇ ਇਹਨਾਂ ਦੇ ਕੱਦ ਦੇ ਲੀਡਰ, ਉਹਨਾਂ ਨੇ ਪਟਿਆਲੇ ਜੇਲ੍ਹ ਦੇ ਬਾਹਰ ਆਪਣਾ ਸਵੇਰੇ ਇਕੱਠ ਕਰਨਾ ਸ਼ੁਰੂ ਕਰਤਾ। ਇਹਨਾਂ ਦੀ ਫਿਰ ਟੈਕਨੀਕਲ ਰੀਜ਼ਨ ਕਰਕੇ ਇਹਨਾਂ ਨੂੰ ਜੇਲ੍ਹ 'ਚ ਭੇਜਿਆ ਸੀ ਆਪਣੇ ਰੋਪੜ ਕੋਰਟ ਨੇ। ਹੁਣ ਹੋਇਆ ਕਿ ਉਹਨਾਂ ਨੂੰ ਭੇਜਤਾ ਪਟਿਆਲਾ ਜੇਲ੍ਹ, ਪਟਿਆਲਾ ਜੇਲ੍ਹ ਤੋਂ ਗੁਰਚਰਨ ਸਿੰਘ ਟੌੜਾ ਦਾ ਘਰ 15-20 ਕਿਲੋਮੀਟਰ ਸਾਰਾ ਵਿੱਚੋਂ ਇੱਕ ਸ਼ਾਰਟਕੱਟ ਰਸਤਾ ਜਾਂਦਾ ਉੱਥੇ ਪਿੱਛੋਂ ਦੀ, ਅਤੇ ਉਹਨਾਂ ਨੇ ਸਵੇਰੇ ਆ ਜਾਣਾ। ਤਬੀਅਤ ਭਾਵੇਂ ਖਰਾਬ ਸੀਗੀ ਅਤੇ ਉੱਥੇ ਬੰਦਾ 2-3 ਹਜ਼ਾਰ ਇਕੱਠਾ ਹੋ ਜਾਂਦਾ ਸੀ। ਇੱਕ ਦਿਨ ਮੈਂ ਵੀ ਚਲੇ ਗਿਆ ਦੇਖਣ, ਅਤੇ ਉਹਨਾਂ ਨੇ ਪੂਰਾ ਅਗਰੈਸਿਵ ਭਾਸ਼ਣ ਦਿੱਤਾ ਵੀ ਮਹਿਲਾ ਦੇ ਕਿੰਗਰੇ ਢਾ ਦਿਆਂਗੇ, ਬੜੀ ਕਲਾਸਿਕ ਲਾਈਨ ਸੀ ਉਹਨਾਂ ਦੀ। ਉਹ ਬਾਅਦ 'ਚ ਮੈਂ ਫੜ ਕੇ ਲੈ ਗਿਆ ਉਹਨੂੰ ਗੱਡੀ 'ਚ, ਮੈਂ ਕਿਹਾ ਚਲੋ ਆਪਾਂ 10 ਮਿੰਟ ਗੱਲ ਕਰੀਏ, ਥੱਕੇ ਪਏ ਹਾਂ ਤੁਸੀਂ। ਮੈਂ ਕਿਹਾ ਮੈਨੂੰ ਇੱਕ ਗੱਲ ਸਮਝਾਓ ਕਿ ਜਿਸ ਬੰਦੇ ਨੂੰ ਤੁਸੀਂ ਕਹਿੰਦੇ ਹੈ ਵੀ ਸਭ ਤੋਂ ਕਰਪਟ ਲੀਡਰ ਹੈ ਪ੍ਰਕਾਸ਼ ਸਿੰਘ ਬਾਦਲ, ਤੁਸੀਂ ਉਹਨੂੰ ਇੰਨੀ ਸ਼ਿੱਦਤ ਨਾਲ ਕਿਉਂ ਡਿਫੈਂਡ ਕਰ ਰਹੇ? ਸੋ ਬੜਾ ਇੰਟਰਸਟਿੰਗ ਉਹਨਾਂ ਨੇ ਮੈਨੂੰ 10 ਮਿੰਟ ਲਾ ਕੇ ਆਪਣਾ ਲੌਜਿਕ ਦਿੱਤਾ, ਅਤੇ ਉਹਨਾਂ ਨੇ ਆਪਣੇ ਆਪ ਨੂੰ ਜਿਹੜੀ ਗੱਲ ਮੈਨੂੰ ਸਮਝ ਆਈ ਸ਼ਾਮ ਸਿੰਘ ਅਟਾਰੀ ਦੀ ਤਰ੍ਹਾਂ ਪੇਸ਼ ਕੀਤਾ। ਉਹ ਕਹਿੰਦੇ ਵੀ ਇਹ ਅਟੈਕ ਪ੍ਰਕਾਸ਼ ਸਿੰਘ ਬਾਦਲ 'ਤੇ ਨਹੀਂ ਹੈ, ਇਹ ਅਟੈਕ ਸ਼੍ਰੋਮਣੀ ਅਕਾਲੀ ਦਲ 'ਤੇ ਹੈ। ਉਹ ਕਹਿੰਦੇ ਜੇ ਅਕਾਲੀ ਦਲ 'ਤੇ ਅਟੈਕ ਹੋਊਗਾ ਤਾਂ ਭਾਈ ਮੈਂ ਡਿਫੈਂਡ ਕਰਨ ਆਊਂਗਾ। ਮੈਂ ਐਗਜ਼ਾਮਪਲ ਜਾਣ ਕੇ ਦਿੱਤੀ ਹੈ ਕਿ ਹੁਣ ਕੋਈ ਉਸ ਕੱਦ ਦਾ ਲੀਡਰ ਇਹ ਸਟੈਂਡ ਲੈ ਸਕਦਾ ਹੈ ਕਿ ਇਹ ਜਿਹੜਾ ਚਲਾਣ ਪੇਸ਼ ਹੋਇਆ ਹੈ ਇਹ ਅਕਾਲੀ ਦਲ 'ਤੇ ਅਟੈਕ ਹੈ, ਕਿਉਂਕਿ ਜੋ ਕੁਛ ਵਾਪਰਿਆ ਅਕਾਲੀ ਦਲ ਦੇ ਸਮੇਂ 'ਤੇ ਵਾਪਰਿਆ ਜੀ, ਇਹ ਕੇਸ ਸੰਬੰਧਿਤ ਅਕਾਲੀ ਦਲ ਦੇ ਸਮੇਂ ਦੇ ਨਾਲ ਹੈ। ਸੋ ਇਹ ਦੋ ਵੱਖ ਵੱਖ ਆਸਪੈਕਟ ਹੈਗੇ ਹੈ। ਹੁਣ ਇਹ ਸਾਰੀ ਪਾਰਟੀ ਫਸ ਗਈ ਇਹਦੇ 'ਚ। ਇੱਕ ਸਵਾਲ ਮੇਰਾ ਅਤਿਮ ਰਹੂਗਾ ਤੁਹਾਡੇ ਵੱਲ, ਕਿਉਂਕਿ ਤੁਸੀਂ ਉਮਰ ਭਰ ਇਹਨਾਂ ਨੂੰ ਦੇਖਿਆ, ਕੀ ਆਪਾਂ ਉਸ ਕੱਦ ਦਾ ਕੋਈ ਲੀਡਰ ਰਹਿਣ ਦਿੱਤਾ? ਸਵਾਲ ਤੇ ਇੰਨਾ ਕੀ ਹੈ ਇਹ ਤੁਸੀਂ, ਮੈਂ ਮੇਰੇ ਨਾਲ ਵੱਖਰਾ ਪ੍ਰੋਗਰਾਮ ਕਰ ਲਓ, ਮੈਂ ਸਾਰਾ ਇਤਿਹਾਸ ਹੀ ਫਰੋਲ ਦੂੰਗਾ। ਫਿਰ ਉਹ ਇਹ ਹੁਣ ਭੁਗਤ ਰਹੇ ਹੈ ਨਾ ਆਪਣੇ ਕੀਤੀ ਦਾ ਜੋ ਕੁਛ, ਇਨਸਾਨ ਕਈ ਵਾਰੀ ਇਸ ਜਨਮ ਦੇ ਵਿੱਚ ਹੀ ਆਪਣੇ ਸਾਹਮਣੇ ਸਾਰਾ ਕੁਛ ਭੁਗਤਦਾ। ਮੇਰੇ ਖਿਆਲ ਜੇ ਆਪਣੀ ਹੀ ਜਿਹੜੀ ਸਿਆਸਤ ਸੀ ਇਹਨਾਂ ਦੀ ਜਿਸ ਤੱਕ ਦੀ, ਉਹਦੇ ਰਿਜ਼ਲਟ ਹੁਣ ਇਹਨਾਂ ਦੇ ਸਾਹਮਣੇ ਉਹ ਭੁਗਤ ਰਹੇ ਆ, ਕੋਈ ਐਸੀ ਗੱਲ ਨਹੀਂ। ਸਰਦਾਰ ਜਸਪਾਲ ਸਿੰਘ ਸਿੱਧੂ ਸਾਹਿਬ, ਤੁਸੀਂ ਵੀ ਹਰ ਤਰ੍ਹਾਂ ਦੇ ਵਰਤਾਰਿਆਂ ਨੂੰ, ਹਰ ਤਰ੍ਹਾਂ ਦੇ ਮਾਹੌਲ ਨੂੰ ਵੱਖ ਵੱਖ ਸਮਿਆਂ 'ਚ ਸਿਰਜਿਆ ਗਿਆ। ਅਕਾਲੀ ਦਲ ਇੱਕ ਵਾਰੀ ਬਹੁਤ ਥੱਲੇ ਵੀ ਚਲੇ ਗਿਆ ਜਦੋਂ ਇਹ ਅਕਾਲੀ ਦਲ ਵੀ ਇਹੀ ਉਦਾਹਰਣ ਦਿੰਦਾ ਹੈ ਕਿ ਉਹ ਸਮਾਂ ਵੀ ਆਇਆ ਜਦੋਂ ਮਿਲੀਟੈਂਸੀ ਦਾ ਦੌਰ ਸੀ ਤੇ ਇਹ ਫਿਰ ਰਾਖ 'ਚ ਉੱਠਣ ਵਰਗੀ ਗੱਲ ਹੋ ਜਾਂਦੀ ਹੈ। ਇਸ ਵਾਰੀ ਦੇ ਜਿਹੜੇ ਇਹ ਜੋ ਵਾਪਰ ਰਹੇ ਘਟਨਾਕ੍ਰਮ ਨੇ, ਇਹਦੇ ਵਿੱਚੋਂ ਉੱਭਰਨਾ ਇੰਨਾ ਆਸਾਨ ਹੋਊਗਾ? ਵੈਸੇ ਤੁਹਾਡੀ ਟਿੱਪਣੀ ਸਾਰਾ ਜੋ ਸਰਦਾਰ ਹਮੀਦ ਸਿੰਘ ਹੋਰਾਂ ਦੱਸਿਆ, ਜੋ ਸਰਦਾਰ ਜਗਤਾਰ ਸਿੰਘ ਹੋਰਾਂ ਵਿਆਖਿਆ ਕੀਤੀ, ਉਸ ਤੋਂ ਬਾਅਦ ਅਗਲੀ ਗੱਲ ਇਸ ਲੜੀ ਨੂੰ ਜੋੜਨ ਲਈ ਤੁਸੀਂ ਆਪਣੇ ਨਜ਼ਰੀਏ ਤੋਂ ਕਰੋ। ਦੇਖੋ ਜਿਹੜਾ ਅਕਾਲੀ ਦਲ, ਪਹਿਲੀ ਗੱਲ ਜਿਹੜੀ ਤੁਸੀਂ ਹੁਣੇ ਟਿੱਪਣੀ ਕੀਤੀ ਹੈ ਵੀ ਮਿਲੀਟੈਂਸੀ ਤੋਂ ਬਾਅਦ ਇਹ ਖਾਕ ਚੋਂ ਇੱਕ ਤਰੀਕੇ ਨਾਲ ਨਿਕਲਿਆ ਅਕਾਲੀ ਦਲ, ਇਹਦੇ 'ਚ ਕੋਈ ਸ਼ੱਕ ਨਹੀਂ ਨਿਕਲਿਆ। ਨਿਕਲ ਤਾਂ ਆ ਵੀ ਅਕਾਲੀ ਜਿਹੜੇ ਉਹ ਮਿਲੀਟੈਂਸੀ ਦਾ ਦੌਰ ਸੀ, ਉਹਨਾਂ ਕੋਲ ਆਪਣੀ ਪੋਲੀਟਿਕਸ ਨਹੀਂ ਸੀ, ਬਦਲੇ ਦੀ ਪੋਲੀਟਿਕਸ ਸੀ, ਉਹਨਾਂ ਨੇ ਬਦਲ ਲਿਆ, ਵੱਡੇ ਵੱਡੇ ਕਾਰਨਾਮੇ ਵੀ ਹੋਏ, ਸਾਰਾ ਕੁਛ ਹੋਇਆ, ਉਹਦੇ ਵਿੱਚ ਪੋਲੀਟਿਕਸ ਦਾ ਕੋਈ ਵੀ ਕੋਈ ਐਲੀਮੈਂਟ ਹੈ ਨਹੀਂ ਸੀਗਾ। ਇੱਥੇ ਜਿਹੜਾ ਹੁਣ ਹੋ ਰਿਹਾ ਇਹਨਾਂ ਦੇ ਨਾਲ ਸਾਰੀ ਗੱਲਬਾਤ ਅਕਾਲੀ ਦਲ ਨਾਲ, ਇਹ ਅਕਾਲੀ ਦਲ ਨਾਲ ਪੋਲੀਟੀਕਲ ਪਰਸੈਪਸ਼ਨ ਤਿਆਰ ਕਰਨ ਦੀ ਹੋ ਰਿਹਾ। ਤੁਸੀਂ ਭਾਵੇਂ ਕੈਪਟਨ ਨੂੰ ਕਹੋ ਵੀ ਉਹਨੇ ਕੋਈ ਐਕਸ਼ਨ ਨਹੀਂ ਕੀਤਾ ਇਹਨਾਂ ਤੇ ਬੇਅਦਬੀ ਦੇ ਕੇਸ ਦੇ ਵਿੱਚ, ਪਰ ਉਹਨੇ ਜਾਣ ਬੁੱਝ ਕੇ ਮੰਡ ਦਾ ਕੇਸ, ਧਿਆਨ ਸਿੰਘ ਮੰਡ ਦਾ ਬਗਰਾੜੀ ਲਾਈ ਰੱਖਿਆ ਮੋਰਚਾ ਉਹਨੇ। ਜਦੋਂ ਉਹਨੇ ਮੋਰਚੇ ਬਗਰਾੜੀ ਵਾਲੇ ਨੂੰ ਬਿਲਕੁਲ ਬੰਦ ਨਹੀਂ ਹੋਣ ਦਿੱਤਾ, ਜਿਉਂਦਾ ਹੀ ਰੱਖਿਆ ਸਾਰੇ ਦੌਰ 'ਚ, ਉਹ ਜਿੰਨਾ ਚਿਰ ਬਗਰਾੜੀ ਵਾਲਾ ਇਸ਼ੂ ਤੋਂ ਉੱਥੇ ਜਿਉਂਦਾ ਰਿਹਾ। ਧਿਆਨ ਸਿੰਘ ਮੰਡ ਵੇਲੇ ਵੀ ਇਕੱਠ ਹੋਣ ਲੱਗ ਗਿਆ ਸੀ ਸਾਰਾ, ਦਾਦੂਵਾਲ ਤੇ ਸਾਰੇ ਸੀ ਜਦੋਂ ਇਕੱਠੇ। ਇਹਦੇ ਨਾਲ ਪੋਲੀਟੀਕਲ ਪਰਸੈਪਸ਼ਨ ਤਿਆਰ ਹੁੰਦਾ ਲੋਕਾਂ ਦੇ ਵਿੱਚ, ਜਿਹੜਾ ਪਰਸੈਪਸ਼ਨ ਬਣਦਾ ਵੀ ਬਾਦਲ ਹੀ ਹੈ ਇਹਦੇ ਪਿੱਛੇ,
ਬਸ ਇੰਨਾ ਕੀ ਚਾਹੀਦਾ ਹੁੰਦਾ ਲੋਕਾਂ ਨੂੰ, ਇਹ ਜਿਹੜਾ ਟ੍ਰਾਇਲ ਕੋਰਟਾਂ ਦੇ ਵਿੱਚ ਲੰਬੇ ਸਮੇਂ ਚੱਲਦੇ ਰਹਿਣਗੇ। ਜਿਸ ਤਰੀਕੇ ਨਾਲ ਪਹਿਲਾਂ ਵੀ ਕਿਹਾ ਗਿਆ ਕਿ ਸਜ਼ਾ ਤਾਂ ਫਤਵੇ ਦੀ ਮਿਲ ਗਈ, ਦੋਨਾਂ ਇਲੈਕਸ਼ਨਾਂ 'ਚ ਮਿਲ ਗਈ ਸਜ਼ਾ, ਲੋਕਾਂ ਨੇ ਆਪਣਾ ਫਤਵਾ ਦੇ ਤਾ ਜਿਹੜਾ ਸਜ਼ਾ ਦੇਣਾ ਸੀ, ਕੋਰਟਾਂ ਦੇ ਰਾਹੀਂ ਕੋਈ ਵੱਡੀ ਗੱਲ ਨਹੀਂ। ਸਵਾਲ ਆ ਵੀ ਆਹ ਵੀ ਹੁਣ ਲੰਬਾ ਕਿਉਂ ਨਾ ਖਿੱਚਣਗੇ, ਤੇ ਕਿਉਂ ਨਾ ਇਹ ਹੁਣ ਜਿੰਨਾ ਚਿਰ ਲੋੜ ਹੈ ਇਸ ਨੂੰ ਆਮ ਆਦਮੀ ਪਾਰਟੀ ਨੂੰ, ਉਹ ਵੀ ਇਸੇ ਗੱਲ ਨੂੰ ਖਿੱਚੀ ਤੁਰੇ ਜਾਣਗੇ ਤਾਂ ਕਿ ਉਹ ਰਿਵਾਈਵ ਨਾ ਹੋ ਸਕੇ। ਉਹ ਇੰਟਰਸਟ ਇਕੱਲਾ ਆਮ ਆਦਮੀ ਦਾ ਨਹੀਂ ਹੋਊਗਾ, ਉਹਦੇ ਨਾਲ ਕਾਂਗਰਸ ਦਾ ਤੇ ਹੋਰਾਂ ਧਿਰਾਂ ਦਾ ਵੀ ਇੰਟਰਸਟ ਹੋਊ, ਜਿਹੜਾ ਅਕਾਲੀ ਦਲ ਨੂੰ ਨਹੀਂ ਉੱਠਣ ਦੇਣਾ ਚਾਹੁੰਦੀਆਂ। ਇਸ ਕਰਕੇ ਇਹ ਸਾਰੇ ਗੱਲ ਦੇ ਵਿੱਚ ਇਹ ਬਿਲਕੁਲ ਫਰਕ ਹੈ, ਕਿਉਂਕਿ ਪੋਲੀਟਿਕਸ ਜਿਹੜੀ ਅਕਾਲੀ ਦਲ ਲੈ ਬੈਠਾ ਸ਼ੁਰੂ ਕਰ ਬੈਠਾ ਉਸ ਪਹਿਲੀ ਪੋਲੀਟਿਕਸ ਤੇ ਪੈ, ਜਦੋਂ ਅਸੀਂ ਰਿਵਾਈਵਲ ਦੀ ਗੱਲ ਕਰਦੇ ਹਾਂ ਤਾਂ ਰਿਵਾਈਵਲ ਇਹ ਜੇ ਰੀਜਨਲ ਪਾਰਟੀ ਹੋਵੇਗਾ ਤਾਂ ਬਚੇਗਾ, ਇੱਥੇ ਉਹ ਹੋਣਾ ਨਹੀਂ, ਇਹਨੇ ਉੱਥੇ ਪਹੁੰਚ ਨਹੀਂ ਸਕਣਾ, ਉਮੀਦ ਨਹੀਂ ਹੈ ਸਾਰਾ ਕੁਛ ਵੀ ਉਸ ਲੈਵਲ ਤੇ ਇਹ ਕਦੇ ਪਹੁੰਚ ਸਕਣਗੇ, ਉਦੋਂ ਤਾਂ ਬਹੁਤ ਦੂਰ ਚਲੇ ਗਏ। ਤੇ ਇਹਦੇ ਨਾਲ ਜਿਹੜਾ ਛੋਟਾ ਮੋਟਾ ਉਹਨਾਂ ਦੇ ਰਜਿਸਟੈਂਸ ਦਾ ਵੀ ਰੌਲਾ ਹੈ ਵੀ ਹੋਂਦ ਬਣੀ ਰਹੇ, ਕੁਛ 3 ਤੋਂ ਵੱਧ ਜਾਣ, 13 ਤੱਕ ਹੀ ਹੋ ਜਾਣ, 23 ਤੱਕ ਹੀ ਪਹੁੰਚ ਜਾਣ MLA ਤੱਕ, ਇਹ ਵੀ ਕਰਨ ਦੇ ਲਈ ਵੀ ਇਸ ਕਰਨ ਲਈ ਵੀ ਉਹ ਸਾਰਾ ਮਾਹੌਲ ਇਹੀ ਤਿਆਰ ਹੋ ਰਿਹਾ ਵੀ ਇਹ ਉੱਥੇ ਹੀ ਖੜੇ ਰਹਿਣ, ਉਦੋਂ ਗਾਹਾਂ ਬਹੁਤਾ ਵਧਣ ਨਾ। ਤੇ ਇਸ ਕਰਕੇ ਮੇਰਾ ਹਾਂਜੀ ਨਾ ਮਤਲਬ ਸਿਰਫ ਇੰਨਾ ਹੀ ਹੋਊਗਾ ਕਹਿਣ ਦਾ, ਮੈਂ ਇਹ ਸਵਾਲ ਹੀ ਤੁਹਾਡੇ ਵੱਲ ਲੈ ਕੇ ਆ ਰਿਹਾ ਕਿ ਜਿਹੜੇ ਮੁੱਦੇ ਸੀ ਉਹ ਇਹਨਾਂ ਛੱਡ ਤੇ, ਜਿਹੜੇ ਅਕਾਲੀ ਦਲ ਦੇ ਮੁੱਦੇ ਹੋਇਆ ਕਰਦੇ ਸੀ, ਇਸ ਖਿੱਤੇ ਦੀਆਂ ਜਿੰਨੀਆਂ ਲੜਾਈਆਂ ਸੀ ਉਹ ਲੜਨੀਆਂ ਛੱਡ ਤੀਆਂ, ਔਰ ਇਹਦੇ ਨਾਲ ਨਾਲ ਆਪਣਾ ਖਾਸਾ ਛੱਡਤਾ, ਆਪਣੀ ਜਿਹੜੀ ਪਛਾਣ ਸੀ ਪੰਥਕ ਹੋਣਾ ਤੇ ਕਿਸਾਨੀ ਦੇ ਮਦਈ ਹੋਣਾ, ਇਹ ਦੋ ਪੱਖ ਵੀ ਛੱਡਤੇ। ਇਸ ਖਿੱਤੇ ਲਈ ਲੜਨ ਦੀ ਜਗ੍ਹਾ ਆਪਣੇ ਨਿੱਜ ਲਈ ਲੜਨਾ ਸ਼ੁਰੂ ਕੀਤਾ, ਇੱਥੋਂ ਹੀ ਸਾਰੀ ਭਾਰਤ ਜਿਹੜੀ ਆ ਉਲਟੀ ਹੋਣੀ ਸ਼ੁਰੂ ਹੋ ਜਾਂਦੀ। ਬਿਲਕੁਲ ਤੁਸੀਂ ਠੀਕ ਠੀਕ ਰੰਧਾਵਾ ਫੜਿਆ ਇਸ ਗੱਲ ਨੂੰ, ਮੈਂ ਕਹਿਣਾ ਹੀ ਇਹੀ ਚਾਹੁੰਦਾ, ਤਿੰਨੇ ਪੁਆਇੰਟ ਛੱਡੇ ਆ। ਵੇਖੋ ਰੀਜਨਲ ਪਾਰਟੀ ਦਾ ਕੀ ਹੈ, ਜਿੱਥੇ ਵੀ ਖੜੀਆਂ ਹੁਣ ਤਾਮਿਲਨਾਡੂ ਚ ਖੜੀ ਆ, ਹੋਰ ਸਾਰੇ ਥਾਵਾਂ ਤੇ, ਉਹਦਾ ਵੀ ਤੁਸੀਂ ਲੋਕਾਂ ਦੀ ਉਸ ਰੀਜਨ ਦੀ ਉਹਨਾਂ ਲੋਕਾਂ ਦੀ ਗੱਲ ਕਰਨੀ ਹੁੰਦੀ ਹੈ, ਤੇ ਉਹ ਤਾਂ ਇਹਨਾਂ ਨੇ ਕੀਤੀ ਨੀਗੀ, ਬਿਲਕੁਲ ਛੱਡ ਤੀ ਸਾਰਾ। ਜਦੋਂ ਤੁਸੀਂ BJP ਦੇ ਏਜੰਡੇ ਤੇ ਆ ਕੇ ਉਹਨਾਂ ਨਾਲ ਅਨਕੰਡੀਸ਼ਨਲ ਸਪੋਰਟ ਚ ਆ ਗਏ ਹੋ, ਫਿਰ ਤਾਂ ਤੁਸੀਂ ਉਹਨਾਂ ਦਾ ਸੈਂਟਰ ਦਾ ਏਜੰਡਾ ਆਇਆ, ਫਿਰ ਰੀਜਨਲ ਪਾਰਟੀ ਦੇ ਲੈਵਲ ਤੇ ਬੜੇ ਲੰਬੇ ਸਮੇਂ ਦੀ, ਮਤਲਬ ਕਿ 2000 ਤੋਂ ਪਹਿਲਾਂ ਦੀ, 1996 ਤੱਕ ਦੀ, ਉਦੋਂ ਹੀ ਤੁਸੀਂ ਇਹ ਖਤਮ ਕਰ ਚੁੱਕੇ ਹੋ। ਇਹ ਠੀਕ ਹੈ, ਇੱਕ ਮੋਮੈਂਟਮ ਸੀ, ਇੱਕ ਲੰਬੀ ਵੱਡੀ ਪਾਰਟੀ ਸੀਗੀ 70-80 ਸਾਲ ਪਹਿਲਾਂ ਦੀ, ਉਹ ਮੋਮੈਂਟਮ ਸੀ ਜਿਹੜਾ, ਉਹਦੇ ਨਾਲ ਇੱਥੋਂ ਤੱਕ ਗੱਡੀ ਰੁੜਦੀ ਗਈ। ਹੁਣ ਤੁਸੀਂ ਹੌਲੀ ਹੌਲੀ ਡਿੱਗਦੇ ਡਿੱਗਦੇ 10 ਸਾਲ ਹੋਰ ਜਿੱਤਦੇ ਰਹੇ, ਸਾਰਾ ਦੋ ਇਲੈਕਸ਼ਨਾਂ ਹੋਰ ਜਿੱਤ ਕੇ, ਹਰ ਕੋਈ ਹੁਣ ਤੁਹਾਡੇ ਕੋਲ ਤੁਸੀਂ ਉਸ ਏਜੰਡੇ ਤੇ ਵਾਪਸ ਆ ਹੀ ਨਹੀਂ ਸਕਦੇ। ਕਮ ਸੇ ਕਮ ਬਾਦਲ ਪਵਾਰ ਨੇ ਕੀ, ਇਹਦੇ ਨਾਲ ਦੇ ਵੀ ਜਿੰਨੇ ਲੀਡਰ ਹੈ ਸਾਰੇ, ਜਿਹੜੇ ਵੱਡੇ ਜਿਹਨਾਂ ਦਾ ਨਾਂ 8-10 ਲੀਡਰ ਹੈਗੇ ਵੱਡੇ ਅਕਾਲੀ ਦਲ ਨਾਲ ਜੁੜੇ ਹੋਏ, ਉਹ ਵੀ ਨਹੀਂ ਵਾਪਸ ਉੱਥੇ ਜਾ ਸਕਦੇ ਜਿੱਥੇ ਗੱਲ ਉਹਨਾਂ ਦੇ ਪਰਸੈਪਸ਼ਨ ਚ ਨਹੀਂ ਆ ਸਕਦੀ ਪੋਲੀਟੀਕਲ। ਇਸ ਕਰਕੇ ਕੋਈ ਨਵੀਂ ਪਾਰਟੀ ਅਕਾਲੀ ਦਲ ਦਾ ਕੋਈ ਨਵਾਂ ਰੂਪ ਹੋਊ, ਇਹ ਅਕਾਲੀ ਦਲ ਇਹ ਸੱਚ ਇਹ ਸਾਰੇ ਬੰਦਿਆਂ ਦੇ ਹੁੰਦਾ ਹੋਇਆ ਰਿਵਾਈਵ ਹੋਣਾ ਮੁਸ਼ਕਿਲ ਹੈ, ਪਹਿਲੀ ਗੱਲ ਇਹ। ਬਾਕੀ ਜਿੱਥੋਂ ਤੱਕ ਹੁਣ ਕੇਸ ਦਾ ਸਵਾਲ ਹੈ, ਉਹ ਪਰਸੈਪਸ਼ਨ ਇਹ ਸਾਫਟ ਪਰਸੈਪਸ਼ਨ ਦਾ ਕੇਸ ਹੈ, ਇਹਦੇ ਚ ਕੋਈ ਹਾਰਡ ਕ੍ਰਿਮੀਨਲ ਕੋਈ ਮਰਡਰ ਦਾ ਕੇਸ ਤਾਂ ਹੈ ਨਹੀਂ, ਕਿਸੇ ਨੂੰ ਸਜ਼ਾ ਦੇਣੀ ਹੈ, ਇਹ ਇਹਦੇ ਵਿੱਚ ਤਾਂ ਇੱਕ ਪਰਸੈਪਸ਼ਨ ਬਣਾਉਣਾ ਪੋਲੀਟੀਕਲ, ਉਹ ਬਣਾਈ ਜਾ ਰਹੀ ਆਮ ਆਦਮੀ ਪਾਰਟੀ ਬਣਾਈ ਗਈ, ਸਾਰੀਆਂ ਜਿੰਨੀਆਂ SIT ਹੈ ਜਿਹੜੀ ਦੂਸਰੀ ਰਹਿੰਦੀ SIT ਉਹ ਆ ਕੇ ਵੀ ਇਹੋ ਜਿਹਾ ਕੁਛ ਲੈ ਕੇ ਆਏਗੀ, ਇਹ ਇਹਨਾਂ ਨੇ ਖਿੱਚੀ ਤੁਰੇ ਜਾਣਾ। ਤੇ ਮੇਰਾ ਮਤਲਬ ਤਾਂ ਕਹਿਣ ਦਾ ਇਹ ਆ ਵੀ ਇਹਦੇ ਰਿਵਾਈਵਲ ਨਾਲ ਨਾ ਜੋੜੋ ਵੀ, ਭਾਵੇਂ ਅਕਾਲ ਤਖ਼ਤ ਤੇ ਪੇਸ਼ ਹੋ ਜਾਣ ਕੁਛ ਵੀ ਕਰਨ, ਇਹਦੇ ਨਾਲ ਨਹੀਂ ਫੜੇ ਅਕਾਲ ਤਖ਼ਤ ਨੂੰ, ਤਾਂ ਜਿੰਨਾ ਕੁ ਉਹਨਾਂ ਨੇ ਜਿੰਨੀ ਕੁ ਲੋੜ ਸੀ ਪੋਲੀਟੀਕਲੀ ਉਸ ਕਿਸਮ ਦਾ ਉਹਨਾਂ ਨੇ ਵਰਤੋਂ ਛੱਡਿਆ ਨੀ, 2015 ਚ ਵੀ ਵਰਤਿਆ ਤੇ ਹੁਣ ਵੀ ਉਹ ਦੋ ਤਿੰਨ ਵਾਰੀ ਉਦੋਂ ਪਿੱਛੋਂ ਵੀ ਐਫਰਟਸ ਹੋ ਚੁੱਕੇ ਆ, ਹੁਣ ਵੀ ਕਰ ਲੈਣ ਕੋਈ ਫਰਕ ਨੀ ਪੈਂਦਾ। ਇਸ ਕਰਕੇ ਬਹੁਤ ਜ਼ਿਆਦਾ ਪੋਲੀਟੀਕਲੀ ਦੂਰ ਜਾ ਵੜਿਆ, ਜਿਹਦੇ ਤੋਂ ਸਾਰੀ ਇਹ ਸਮੱਸਿਆ ਇਹਦੀ ਖੜੀ ਹੋਈ ਹੈ। ਇਸ ਪੋਲੀਟੀਕਲੀ ਦੂਰ ਜਾਣ ਦੇ ਕਰਕੇ ਹੀ ਉਹਨਾਂ ਨੇ ਵੋਟ ਬੈਂਕ ਤਿਆਰ ਕਰਨ ਲਈ ਆਹ 2015 ਵਾਲਾ ਇੰਸੀਡੈਂਟ ਹੈ ਬੇਅਦਬੀ ਵਾਲਾ, ਤੇ ਪਿੱਛੇ ਸਾਰਾ ਕੁਛ ਖੜਾ ਹੋਇਆ, ਤੇ ਲੋੜ ਇਸੇ ਚੋਂ ਪਈ ਸਾਰੀ ਕੁਛ। ਜੇ ਇਹ ਮੁੱਦੇ ਤੇ ਰਹਿੰਦੇ, ਰੀਜਨਲ ਪਾਰਟੀ ਵਾਲੇ ਮੁੱਦੇ ਤੇ ਰਹਿੰਦਾ, ਅਕਾਲੀ ਦਲ ਆਪਦੇ ਤੋਂ ਪਹਿਲਾਂ ਪੂਰਾ ਨਾ ਰਹਿੰਦਾ ਜੋ ਪਹਿਲਾਂ ਵਾਲਾ ਕੁਛ ਤਾਂ ਰਹਿੰਦਾ, ਫਿਰ ਵੀ ਅਕਾਲੀ ਦਲ ਬਚ ਸਕਦਾ। ਔਰ ਜਿਹੜਾ ਟ੍ਰਾਇਲ ਸੀ ਇਹਨਾਂ ਦਾ ਉਹ ਕਰਪਸ਼ਨ ਕੇਸ ਆ, ਉਹਦੇ ਚ ਇੱਕ ਫਰਕ ਇਹ ਪਿਆ ਸੀਗਾ ਕਿਉਂਕਿ ਅਗਲੇ ਹੀ ਵਾਰ ਇਹ ਸੱਤਾ ਚ ਆ ਗਏ ਸੀ 5 ਸਾਲ ਬਾਅਦ, ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ 5 ਸਾਲ ਬਾਅਦ ਉਹ ਜਿਹੜਾ SP ਸਿੰਘ ਇੱਕ IO ਹੁੰਦਾ ਸੀ, ਜਿਹੜਾ SSP ਰੋਪੜ ਵੀ ਰਿਹਾ ਤੇ ਪਹਿਲਾਂ ਬਿਜਨਸ ਦਾ SP ਹੁੰਦਾ ਸੀ, ਉਹ ਆਪ ਸਮੇਤ ਸਾਰੇ ਮੁੱਕਰੇ ਸੀ, ਗੌਰਮੈਂਟ ਬਦਲਣ ਕਰਕੇ ਸਾਰੇ ਗਵਾਹ ਤੇ ਸਾਰੀਆਂ ਉਹ ਚੀਜ਼ਾਂ ਮੁੱਕਰ ਗਏ, ਤੇ ਜਿਹਦੇ ਨਾਲ ਉੱਥੇ ਤੱਕ ਉਹ ਚੀਜ਼ਾਂ ਚੱਲਦੀਆਂ ਰਹੀਆਂ, ਟ੍ਰਾਇਲ ਤੋਂ ਖਤਮ ਹੋ ਗਿਆ।
ਇਸ ਵਾਰ ਇਹੋ ਜਿਹਾ ਸੰਭਾਵਨਾ ਘੱਟ ਨਜ਼ਰ ਦਿਖਾਈ ਨਹੀਂ ਦਿੰਦੀ ਜਿਹੋ ਜਿਹਾ ਪੋਲੀਟੀਕਲ ਮਾਹੌਲ ਹੈ ਕਿ ਕੀ ਉਹ ਸਾਰੀਆਂ ਚੀਜ਼ਾਂ ਦਾ ਵਰਤਾਰਾ ਉਵੇਂ ਵਾਪਰ ਜਾਊਗਾ ਜਾਂ ਨਹੀਂ ਤਾਂ ਉਹ ਟ੍ਰਾਇਲ ਲੰਮਾ ਚੱਲਣ ਦੇ ਆਸਾਰ ਦਿਖਾਈ ਦੇਣ ਲੱਗ ਜਾਂਦੇ ਨੇ ਕਿਸੇ ਨਾ ਕਿਸੇ ਰੂਪ ਚ ਬਸ਼ਰਤੇ ਕਿ ਕਈ ਵਾਰ ਜਿਵੇਂ ਹਾਈ ਕੋਰਟ ਚੋਂ ਪਹਿਲਾਂ ਵਾਲੀ ਵੀ ਇੱਕ ਕੁੰਵਰ ਵਿਜੇ ਪ੍ਰਤਾਪ ਵਾਲੀ ਜਿਹੜੀ ਰਿਪੋਰਟ ਸੀ ਉਹ ਰੱਦ ਹੋ ਗਈ ਜਾਂ ਵੀ ਨਹੀਂ ਇਹ ਤਾਂ ਨਹੀਂ ਹੈ ਨਵੀਂ ਐਸ ਆਈ ਟੀ ਬਣਾਓ ਕੁਛ ਹੋਰ ਕਰੋ ਕੋਈ ਹਾਇਰ ਕੋਰਟ ਚੋਂ ਕਿਤੋਂ ਹੋਰ ਰਿਲੀਫ ਮਿਲ ਜੇ ਬਥੇਰੇ ਕਾਨੂੰਨੀ ਲਕੂਨੇ ਕਿਉਂਕਿ ਟੌਪ ਦੀ ਜਿਹੜੀ ਅਲੀਟ ਕਲਾਸ ਹੈ ਚਾਹੇ ਉਹ ਬਿਊਰੋਕਰੇਸੀ ਹੈ ਚਾਹੇ ਉਹ ਪੁਲਿਸ ਅਫਸਰ ਨੇ ਚਾਹੇ ਉਹ ਪੋਲੀਟੀਕਲ ਲੀਡਰ ਨੇ ਜਾਣਦੇ ਹੁੰਦੇ ਨੇ ਮੁਕਾਬਲਤਨ ਤੇ ਉਹ ਵਕੀਲ ਕਰਨ ਦੀ ਵੀ ਵੱਡੇ ਹੈਸੀਅਤ ਰੱਖਦੇ ਨੇ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਉਹ ਇੱਕ ਅਲੱਗ ਪਹਿਲੂ ਹੈ ਮਾਮਲਾ ਕੇਵਲ ਅਸਲ ਦੇ ਵਿੱਚ ਪੋਲੀਟੀਕਲ ਹੈ ਅਸਲ ਇਹਦੇ ਚ ਇੱਕ ਛੋਟੀ ਜਿਹੀ ਗੱਲ ਜਿਹੜੀ ਮੈਂ ਐਡ ਹੀ ਕਰਨਾ ਚਾਹੁੰਦਾ ਸੀ ਔਰ ਤੁਹਾਡੇ ਤੋਂ ਪੁੱਛਣਾ ਵੀ ਚਾਹੁੰਦਾ ਹੈ ਜਦੋਂ ਪਿਛਲੀ ਵਾਰੀ ਕੁੰਵਰ ਵਿਜੇ ਪ੍ਰਤਾਪ ਵਾਲਾ ਮਾਮਲਾ ਅਦਾਲਤ ਵਿੱਚ ਗਿਆ ਸੀਗਾ ਤੇ ਉਦੋਂ ਇਹ ਸਾਰੀਆਂ ਗੱਲਾਂ ਨੂੰ ਪੋਲਿਟਿਕਸ ਨਾਲ ਜੋੜ ਕੇ ਪੇਸ਼ ਕੀਤਾ ਗਿਆ ਸੀ ਲੇਕਿਨ ਅਦਾਲਤ ਨੇ ਜਿਹੜੀਆਂ ਦੋ ਐਸ ਆਈ ਟੀਜ਼ ਬਣਾਈਆਂ ਜਾਂ ਅਦਾਲਤ ਨੇ ਜਿਹੜੀ ਪਹਿਲੀ ਨੂੰ ਖਾਰਜ ਕਰਕੇ ਸ਼ਰਤਾਂ ਸਮੇਤ ਐਸ ਆਈ ਟੀ ਬਣਾਉਣ ਲਈ ਕਿਹਾ ਸੀਗਾ ਉਸ ਤੋਂ ਬਾਅਦ ਹੁਣ ਅਦਾਲਤ ਸਿਰਿਓਂ ਦੂਜੀ ਚਾਰਜਸ਼ੀਟ ਹੈ ਤੋਂ ਖਾਰਜ ਕਰਨੀ ਏਡੀ ਆਸਾਨ ਨਾ ਹੋਵੇ ਔਰ ਦੂਜੀ ਗੱਲ ਇਹ ਵੀ ਕਿ ਜਦੋਂ ਚਾਰਜਸ਼ੀਟ ਦਾਇਰ ਹੋ ਚੁੱਕੀ ਹੈ ਕੁੰਵਰ ਵਿਜੇ ਪ੍ਰਤਾਪ ਵਾਲੀ ਮਾਮਲੇ 'ਚ ਇੱਕ ਲਾਸਟ ਚਾਰਜਸ਼ੀਟ ਦਾਖਲ ਹੋਣ ਵਾਲੀ ਸੀ ਫਾਈਨਲ ਚਾਰਜਸ਼ੀਟ ਦਾਖਲ ਹੋਣੀ ਸੀਗੀ ਔਰ ਜਿਹਦੇ ਵਿੱਚ ਵੱਡੇ ਨਾਂ ਆਉਣ ਦੀ ਗੁੰਜਾਇਸ਼ ਸੀ ਉਮੀਦ ਸੀ ਹੁਣ ਇਸ ਵੇਲੇ ਜਦੋਂ ਚਾਰਜਸ਼ੀਟ ਦਾਇਰ ਅਦਾਲਤ ਵਿੱਚ ਹੀ ਹੋ ਚੁੱਕੀ ਹੈ ਤੇ ਉਦੋਂ ਉੱਪਰੀ ਅਦਾਲਤ ਉਹਨੂੰ ਸਿਰਿਓਂ ਖਾਰਜ ਕਰਦੇ ਇਹ ਸੰਭਾਵਨਾਵਾਂ ਤਾਂ ਕਾਫੀ ਮੱਧਮ ਹੋਣਗੀਆਂ ਪਰ ਜੇ ਜ਼ਮਾਨਤ ਲੈਣੀ ਪਵੇ ਤਾਂ ਸਿੱਧਿਓਂ ਅਦਾਲਤ ਹਾਈਕੋਰਟ ਦੇ ਵਿੱਚ ਜਾਣਾ ਸੰਭਵ ਹੋਊਗਾ ਕਿਉਂਕਿ ਉਹ ਵੀ ਉੱਥੋਂ ਕਹਿਣਗੇ ਕਿ ਤੁਸੀਂ ਪਹਿਲਾਂ ਸਭ ਤੋਂ ਥੱਲੇ ਵਾਲੀ ਅਦਾਲਤ ਜਿੱਥੇ ਇਹ ਟ੍ਰਾਇਲ ਹੋਣਾ ਹੈ ਜਾਂ ਜਿੱਥੇ ਚਾਰਜਸ਼ੀਟ ਦਾਇਰ ਕੀਤੀ ਗਈ ਆ ਉੱਥੇ ਤੁਸੀਂ ਆਪਣਾ ਹੱਕ ਜਿਹੜਾ ਉਹਨੂੰ ਅਪਲਾਈ ਕਰ ਸਕਦੇ ਕਿਹਾ ਜਾਂਦਾ ਵੀ ਟ੍ਰਾਇਲ ਕੋਰਟ ਤਾਂ ਜਾਣਾ ਹੀ ਪੈਣਾ ਹੈ ਮਤਲਬ ਉਹ ਤੋਂ ਬਿਨਾਂ ਚਾਰਾ ਨਹੀਂ ਕਿ ਉੱਥੇ ਜਾਏ ਬਿਨਾਂ ਸਰ ਜੇ ਕੋਈ ਜ਼ਮਾਨਤ ਹਾਂ ਕਈ ਵਾਰ ਹਾਇਰ ਕੋਰਟ ਦਾ ਕਹਿਣਾ ਕਿ ਅਰੈਸਟ ਵਗੈਰਾ ਤੇ ਥੋੜਾ ਉਹ ਕਰ ਦਿੰਦੀਆਂ ਨੇ ਕਿ ਠੀਕ ਹੈ ਜੀ ਤੁਸੀਂ ਕੋਆਪਰੇਟ ਕਰੋ ਜਾਓ ਉਦੋਂ ਬਾਅਦ ਜੋ ਟ੍ਰਾਇਲ ਕੋਰਟ ਸਮਝੂਗੀ ਦੇਖੀ ਜਾਏਗੀ ਉਹ ਉਦੋਂ ਪਹਿਲਾਂ ਅਰੈਸਟ ਨਾ ਹੋਵੇ ਜਾਂ ਬਾਕੀ ਚੀਜ਼ਾਂ ਨਾ ਹੋਣ ਕੋਈ ਐਂਟੀਸਪੇਟਰੀ ਤਾਂ ਇਸੇ ਕੰਮ ਲਈ ਹੁੰਦੀ ਹੈ ਨਾ ਟ੍ਰਾਇਲ ਕੋਰਟ 'ਚ ਜਾਣ ਤੋਂ ਤਾਂ ਕੋਈ ਸ਼ਾਇਦ ਮਨਾ ਉਸ ਲੈਵਲ ਤੇ ਨਹੀਂ ਹੁੰਦਾ ਪਰ ਨਾਲ ਦੀ ਨਾਲ ਇੱਕ ਗੱਲ ਇਹ ਵੀ ਅੱਜ ਕੱਲ੍ਹ ਕੁੰਵਰ ਵਿਜੇ ਪ੍ਰਤਾਪ ਇਹ ਕਹਿੰਦੇ ਵੀਡੀਓ ਤੇ ਬਹੁਤ ਫਿਰ ਰਹੇ ਨੇ ਕਿ ਇਹਨਾਂ ਐਸ ਆਈ ਟੀ ਦੀਆਂ ਰਿਪੋਰਟਾਂ 'ਚ ਕੁਝ ਨਹੀਂ ਮੇਰੇ ਵਾਲੀ ਨੂੰ ਗੱਲ ਨਹੀਂ ਕੀਤੀ ਤੇ ਪਰ ਨਾਰਮਲੀ ਜਿਹੜੇ ਵਕੀਲ ਜਾਣਕਾਰ ਸੀ ਉਹ ਕਹਿੰਦੇ ਸੀ ਉਹ ਕਾਫੀ ਕੱਚੀ ਰਿਪੋਰਟ ਸੀਗੀ ਜਿਹੜੀ ਪਹਿਲੀ ਸੀ ਤੇ ਇਹ ਜਿਹੜੀ ਐਸ ਆਈ ਜਿਹੜੀਆਂ ਚਲਾਣ 'ਚ ਜੋ ਲੌਜਿਕ ਨੇ ਜੋ ਤੱਥ ਨੇ ਮਿੰਟ ਮਿੰਟ ਦਾ ਮਿਲਾਨ ਕੀਤਾ ਗਿਆ ਇਹਦੇ ਤੇ ਤਾਂ ਫਿਰ ਬਹਿਸ ਹੋਏਗੀ ਇਹਦੇ ਤੇ ਤਾਂ ਵਕੀਲਾਂ 'ਚ ਇੱਕ ਲੰਮੀ ਇੱਕ ਗੱਲ ਘੱਟੋ ਘੱਟ ਚੱਲੂਗੀ ਕਿ ਕਿਸ ਲੈਵਲ ਤੇ ਕੀ ਗੱਲ ਹੋਊਗੀ ਪਰ ਜਿਹੜਾ ਪੋਲੀਟੀਕਲ ਐਸਪੈਕਟ ਹੈ ਜਿਹੜਾ ਅਕਾਲੀ ਦਲ ਦਾ ਜਿਵੇਂ ਜਗਤਾਰ ਸਿੰਘ ਉਹਨਾਂ ਨੇ ਕਿਹਾ ਸੀ ਉਦੋਂ ਜਥੇਦਾਰ ਟੌੜੇ ਵਰਗਾ ਕੱਦ ਦਾ ਲੀਡਰ ਸੀ ਇਕੱਲਾ ਇੱਕ ਲੀਡਰ ਦਾ ਵੀ ਸਵਾਲ ਨਹੀਂ ਲੀਡਰ ਸੀ ਔਰ ਉਹਨਾਂ ਨੇ ਬੜਾ ਵੱਡੇ ਇੱਕ ਰੋਲ ਉਸ ਲੈਵਲ ਤੇ ਨਿਭਾਇਆ ਦੂਜੀ ਗੱਲ ਇਹ ਹੈ ਕਿ ਅੱਜ ਹੋਰ ਬੜੇ ਕ੍ਰਾਈਸਿਸ 'ਚ ਹੈ ਅਕਾਲੀ ਦਲ ਪਬਲਿਕ ਪਰਸੈਪਸ਼ਨ ਦੇ ਇੰਨਾ ਕ੍ਰਾਈਸਿਸ 'ਚ ਨਹੀਂ ਸੀ ਉਦੋਂ ਅਕਾਲੀ ਦਲ ਜਿੰਨਾ ਉਸ ਸਮੇਂ ਸੀ ਔਰ ਦੂਜੀ ਗੱਲ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਜਿਸ ਲੈਵਲ ਦੀ ਫੀਤਾਗਿਰੀ ਮਤਲਬ ਫੀਤਾ ਸਿਸਟਮ ਸਟਾਰਟ ਕੀਤਾ ਸੀ ਤੇ ਉਹਨਾਂ ਕੋਲ ਇੱਕ ਡਿਫੈਂਸ ਸੀ ਕਿ ਸਾਡੀਆਂ ਜਨਾਨੀਆਂ ਨਹੀਂ ਬਖਸ਼ੀਆਂ ਸਾਡੇ ਪੋਤਲੇ ਫਰੋੜ ਤੇ ਇੱਕ ਵਿਕਟਮਹੁੱਡ ਦਾ ਕਾਰਡ ਵੀ ਇੱਕ ਨਾਲ ਸੀ ਉਸ ਸਮੇਂ ਇਸ ਸਮੇਂ ਇਹੋ ਜਿਹਾ ਕੁਝ ਨਹੀਂ ਹੋਇਆ ਗੁਰੂ ਦੇ ਬਾਕੀ ਦੇ ਮਾਮਲੇ ਨੇ ਤੀਜੀ ਗੱਲ ਅੱਜ ਓਵਰਆਲ ਅਕਾਲੀ ਦਲ ਦਾ ਜਿਹੜਾ ਸਪੋਰਟ ਬੇਸ ਹੈ ਉਸ ਸਮੇਂ ਨੈਸ਼ਨਲ ਲੈਵਲ ਦੀ ਇੱਕ ਪਾਰਟੀ ਵੀ ਨਾਲ ਸੀਗੀ ਮਤਲਬ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜੀਆਂ ਚੀਜ਼ਾਂ ਉਸ ਚੱਲਦੀਆਂ ਨੇ ਅੱਜ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੈ ਕੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਹੀਂ ਹੁੰਦੇ ਹੋਏ ਤਾਂ ਤਾਕਤ ਕਿਸ ਲੈਵਲ ਦੀ ਸੁੰਗੜ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਜਿਹੜੀ ਵੱਖ ਵੱਖ ਮੋਰਲ ਸਪੋਰਟ ਤੋਂ ਲੈ ਕੇ ਬਾਕੀ ਸਪੋਰਟ ਦੇ ਲੈਵਲ ਦੀ ਇੱਕ ਖੜੀ ਹੁੰਦੀ ਹੈ ਉਹ ਵੀ ਫਰਕ ਪਿਆ ਹੋਇਆ ਸਾਡੇ ਸਾਹਮਣੇ ਦਿਖਾਈ ਦੇ ਰਿਹਾ ਇਹ ਸਾਰੀਆਂ ਗੱਲਾਂ ਦੇ ਵਿੱਚ ਅੱਜ ਅਕਾਲੀ ਦਲ ਦੇ ਉਸ ਸਮੇਂ ਕੋਈ ਇਹੋ ਜਿਹੀ ਕਮੇਟੀ ਬਣ ਕੇ ਇਹ ਨਹੀਂ ਡਿਸਾਈਡ ਹੋਇਆ ਸੀ ਕਿ ਹੋਵੇ ਅੱਜ ਅਕਾਲੀ ਦਲ ਦੀ ਆਪਣੀ ਬਣਾਈ ਕਮੇਟੀ ਜਿਹੜੀ ਝੂਦਾ ਕਮੇਟੀ ਸੀ ਇਹਦੀ ਵਰਕਿੰਗ ਕਮੇਟੀ ਨੇ ਜਿਹੜੀ ਅਪਰੂਵ ਕੀਤੀ ਕਿ ਆਹਾ ਕਮਜ਼ੋਰੀਆਂ ਨੇ ਇਹਨਾਂ ਨੂੰ ਦੂਰ ਕੀਤੇ ਬਿਨਾਂ ਨਹੀਂ ਹੋ ਸਕਦਾ ਔਰ ਉਹਨਾਂ ਨੂੰ ਛੱਡ ਕੇ ਤੁਸੀਂ ਚੱਲਣ ਦੀ ਕੋਸ਼ਿਸ਼ ਕਰਦੇ ਹੋ ਇਦੋਂ ਪਹਿਲਾਂ ਕਿਸੇ ਕਮੇਟੀ ਦਾ ਉਹ ਰਿਪੋਰਟ ਨਹੀਂ ਹੈ ਜਿੱਥੇ ਅੰਦਰ ਅਕਾਲੀ ਦਲ ਦੇ ਐਡਾ ਜ਼ਿਆਦਾ ਮਤਲਬ ਪੋਲੀਟੀਕਲ ਡਿਸਕੋਰਸ ਚੱਲਿਆ ਹੋਵੇ ਕਿ ਨਹੀਂ ਇਹ ਗੱਲ ਠੀਕ ਨਹੀਂ ਸਾਨੂੰ ਇਹ ਕਰਨਾ ਚਾਹੀਦਾ ਇਸ ਲਈ ਕਾਫੀ ਜ਼ਿਆਦਾ ਫਰਕ ਪਿਆ ਹੋਇਆ ਉਹ ਕਮਜ਼ੋਰੀ ਦਾ ਜਿਹੜੇ ਪੋਲੀਟੀਕਲ ਸਪੇਸ ਹੁੰਦੀ ਹੈ ਤੇ ਖਾਸ ਤੌਰ ਤੇ ਕਿਸਾਨ ਅੰਦੋਲਨ ਦੇ ਵੇਲੇ ਆ ਕੇ ਜਦੋਂ ਤੁਸੀਂ ਡਿਫੈਂਡ ਕਰਦੇ ਰਹੇ ਆਰਡੀਨੈਂਸਾਂ ਨੂੰ ਤੇ ਬਾਅਦ ਦੇ ਵਿੱਚ ਦੋ ਤਿੰਨ ਮਹੀਨੇ ਚੱਲਦੇ ਹੋਣ ਤੋਂ ਬਾਅਦ ਵਿਦਡਰਾ ਕੀਤਾ ਤੇ ਉਹ ਵੀ ਉਹ ਲੋਕ ਇਹ ਮਹਿਸੂਸ ਕਰਦੇ ਨੇ ਕਿ ਅੰਡਰ ਪ੍ਰੈਸ਼ਰ ਮਹਿਸੂਸ ਕੀਤਾ ਤੁਸੀਂ ਵਿਦਡਰਾ ਕੀਤਾ ਕੋਈ ਆਪਣੇ ਲਗਾ ਕਰਕੇ ਨਹੀਂ ਕੀਤਾ ਉਹਨਾਂ ਦੇ ਨਾਲ ਸਰੋਕਾਰਾਂ ਨੇ
ਇਹ ਮਾਹੌਲ ਬਦਲਿਆ ਓਵਰਆਲ ਲੋਕਾਂ ਦੇ ਮਾਈਂਡਸੈਟ ਦਾ, ਮਨੋਵਿਗਿਆਨਕ ਜਿਹੜਾ ਇੱਕ ਸਟ੍ਰੀਮ ਹੈ ਉਹਦੇ ਵਿੱਚ ਵੀ, ਇਹਨੂੰ ਕਿਵੇਂ ਟੈਕਲ ਕੀਤਾ ਜਾਏਗਾ, ਟੋਟਲ ਲੀਡਰਸ਼ਿਪ ਕਿਵੇਂ ਕਰੇਗੀ, ਉਹਦੇ ਸਾਹਮਣੇ ਸਭ ਤੋਂ ਬੜੀ ਚੁਣੌਤੀ ਹੈ ਇਸ ਸਮੇਂ। ਬਾਵਜੂਦ ਇਹਦੇ ਕੱਲ ਬਾਵਜੂਦ ਇਸ ਗੱਲ ਦੇ ਕਿ ਪੰਜਾਬ ਦੇ ਲੋਕ ਬਾਰ ਬਾਰ ਇਹ ਕਹਿੰਦੇ ਨੇ ਕਿ ਪੰਥਕ ਸੁਰ ਵਾਲੀ ਪੰਥਕ ਸੈਂਟਰਿਕ ਇੱਕ ਰੀਜਨਲ ਪਾਰਟੀ ਦੀ ਪੰਜਾਬ ਨੂੰ ਲੋੜ ਸੀ ਹਮੇਸ਼ਾ ਤੇ ਲੋੜ ਰਹੇਗੀ, ਇਸ ਲੋੜ ਦੇ ਬਾਵਜੂਦ ਇਸ ਤਲਾਸ਼ ਦੇ ਬਾਵਜੂਦ ਵੀ ਇਹ ਹਾਲਾਤ ਨੇ ਔਰ ਇਸ ਹਾਲਾਤ ਤੋਂ ਗੁਰੂ ਘਰ ਨਹੀਂ ਆ ਜਾ ਸਕਦਾ। ਸਰਦਾਰ ਜਗਤਾਰ ਸਿੰਘ ਜੀ ਗੱਲ ਕਾਫੀ ਅਸੀਂ ਕਰ ਚੁੱਕੇ ਹਾਂ ਪਰ ਮੈਂ ਜਿਹੜੀ ਤੁਹਾਡੇ ਨਿੱਜੀ ਅਨੁਭਵ ਚੋਂ ਵੀ ਗੱਲ ਲੈਣਾ ਚਾਹੁੰਦਾ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਾਰੇ ਕੁਛ ਮੁਖਤਲਿਫ ਰਾਏ ਸੀ, ਤੁਸੀਂ ਤਾਂ ਇਹ ਰਿਸ਼ਤੇ ਹੰਢਾਏ ਨੇ, ਉਹ ਅਕਸਰ ਉਹਨਾਂ ਜਰਨਲਿਸਟ ਦੇ ਘਰਾਂ ਤੱਕ ਵੀ ਜਾ ਆਉਂਦੇ ਹੁੰਦੇ ਸੀ ਜਿਹੜੇ ਉਹਨਾਂ ਦੀ ਸਰਕਾਰ ਨੂੰ ਕ੍ਰਿਟੀਸਾਈਜ਼ ਕਰਦੇ ਸੀ ਔਰ ਬੜੀ ਤੇਜ਼ ਸ਼ਬਦਾਵਲੀ ਦੇ ਵਿੱਚ, ਤਿੱਖੀ ਸ਼ਬਦਾਵਲੀ ਦੇ ਵਿੱਚ ਕ੍ਰਿਟੀਸਾਈਜ਼ ਕਰਦੇ ਸੀ ਔਰ ਉਹ ਹਮੇਸ਼ਾ ਕੁਝ ਨਾ ਕੁਝ ਚੀਜ਼ਾਂ ਜਿਹੜੀਆਂ ਉਹ ਗ੍ਰੈਬ ਗ੍ਰਹਿਣ ਕਰਨ ਦੀ ਕੋਸ਼ਿਸ਼ 'ਚ ਲੱਗੇ ਰਹਿੰਦੇ ਸੀਗੇ। ਅੱਜ ਦੇ ਦਿਨ ਦੇ ਵਿੱਚ ਜੇ ਅਕਾਲੀ ਦਲ ਨੇ ਇਹਨਾਂ ਸਾਰੀਆਂ ਪਰਿਸਥਿਤੀਆਂ ਦੇ ਵਿੱਚੋਂ ਉੱਭਰਨਾ ਹੈ, ਇਸ ਤਰ੍ਹਾਂ ਦੇ ਹਾਲਾਤ ਵਿੱਚੋਂ ਵੀ ਅੱਗੇ ਵਧਣਾ ਹੈ, ਤਾਂ ਤੁਹਾਨੂੰ ਲੱਗ ਰਿਹਾ ਕਿ ਕੋਈ ਇਸ ਸਟੇਚਰ ਦਾ ਲੀਡਰਸ਼ਿਪ ਦੇ ਨਜ਼ਰੀਓਂ ਕੁਛ ਹੋਣ ਵਾਲਾ ਹੈ ਨੇੜ ਭਵਿੱਖ 'ਚ? ਸਾਹਿਬ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵਿੱਚ ਦੀ ਨੇਚਰ ਦਾ ਇੱਕ ਬਹੁਤ ਵਧੀਆ ਪਹਿਲੂ ਇਹ ਸੀ ਕਿ ਜਦੋਂ ਕਿਸੇ ਜਰਨਲਿਸਟ ਨੇ ਉਹਨਾਂ ਦੇ ਸਿਆਸਤ ਨਾਲ ਉਹ ਉਹਨਾਂ ਬਾਰੇ ਖਬਰ ਕਰਨੀ ਜਿਹੜੀ ਉਹਨਾਂ ਦੀ ਸਿਆਸਤ ਨਾਲ ਮੇਲ ਨਹੀਂ ਸੀ ਖਾਂਦੀ ਤੇ ਉਹ ਇੰਟਰਸਟਿੰਗ ਕਮੈਂਟ ਹੁੰਦਾ ਸੀਗਾ, ਉਹਨਾਂ ਨੇ ਕਹਿਣਾ ਲੈ ਵੀ ਤੁਹਾਡਾ ਤਾਂ ਕੰਮ ਹੀ ਲਿਖਣਾ ਹੈ, ਤੁਸੀਂ ਆਪਣਾ ਲਿਖੀ ਚੱਲੋ ਤੇ ਅਸੀਂ ਪੜ੍ਹੀ ਚੱਲਾਂਗੇ। ਸੋ ਕਦੇ ਵਿਡਿਕਟਿਵ ਨੇਚਰ ਉਹਨਾਂ ਦੀ ਇਸ ਗੱਲ 'ਤੇ ਨਹੀਂ ਸੀ ਹੋਈ। ਲੇਕਿਨ ਜਿਹੜੀ ਹੁਣ ਦੀ ਅਗਲੀ ਲੀਡਰਸ਼ਿਪ ਹੈ ਉਹਨਾਂ ਦੇ ਪਰਿਵਾਰ ਦੀ, ਉਹਦੇ ਵਿੱਚ ਇਹ ਟੋਲਰੇਸ਼ਨ ਨਹੀਂ ਹੈ। ਲੇਕਿਨ ਹੁਣ ਸਿਚੁਏਸ਼ਨ ਬਦਲ ਚੁੱਕੀ ਹੈ, ਜਿਹੜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਾਂ ਉਹਨਾਂ ਦੇ ਬਰਾਬਰ, ਉਦੋਂ ਤੁਹਾਨੂੰ ਮੈਂ ਪਿੱਛੇ ਚੱਲਦਾ ਹੈ ਅਕਾਲੀ ਦਲ ਦਾ ਟਰਾਇਓ ਕਿਹਾ ਜਾਂਦਾ ਸੀ ਇੱਕ ਸਟੇਜ 'ਤੇ ਆ ਕੇ, ਜਾਂ ਤੁਸੀਂ ਕਹਿ ਲਓ ਵੀ ਚਾਰ ਬੰਦੇ ਹੁੰਦੇ ਸੀ ਜਦੋਂ ਸੰਤ ਲੌਂਗੋਵਾਲ ਪ੍ਰਧਾਨ ਸੀ, ਮੈਂ ਉਸ ਵੇਲੇ ਦੀ ਗੱਲ ਕਰਦਾ, ਗੁਰਚਰਨ ਸਿੰਘ ਟੌੜਾ, ਹਰਚਰਨ ਸਿੰਘ ਲੌਂਗੋਵਾਲ, ਪ੍ਰਕਾਸ਼ ਸਿੰਘ ਬਾਦਲ, ਇਹ ਟਰਾਇਓ ਸੀ। ਉਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ, ਗੁਰਚਰਨ ਸਿੰਘ ਟੌੜਾ, ਜਗਦੇਵ ਸਿੰਘ ਤਲਵੰਡੀ, ਫਿਰ ਟਰਾਇਓ। ਹੁਣ ਜਦੋਂ ਤੋਂ ਅਕਾਲੀ ਦਲ ਯੂਨੀਪੋਲਰ ਹੋਇਆ ਹੈ, ਇੱਕ ਪਰਿਵਾਰ ਦੇ ਵਿੱਚ ਸਾਰੀ ਤਾਕਤ ਆ ਗਈ, ਸਾਰਾ ਕੁਛ ਹੀ ਖਤਮ ਹੋ ਗਿਆ। ਸੋ ਉਹਦਾ ਜਿਹੜਾ ਭੁਗਤਾਨ ਹੈ ਉਹ ਤਾਂ ਇਹੀ ਕਰ ਰਿਹਾ, ਪਰਿਵਾਰ ਹੀ ਕਰੇਗਾ ਤੇ ਨਾਲ ਪੰਜਾਬ ਦੇ ਲੋਕ ਵੀ ਕਰ ਰਹੇ ਹੈ ਤੇ ਪਾਰਟੀ ਵੀ ਕਰ ਰਹੀ ਹੈ। ਪੰਜਾਬ ਨੂੰ ਇਸ ਪਾਰਟੀ ਦੀ ਬਹੁਤ ਲੋੜ ਹੈਗੀ ਹੈ, ਇਸ ਪਾਰਟੀ ਬਿਨਾਂ ਪੰਜਾਬ ਦੇ ਜਿਹੜੇ ਮਸਲੇ ਹੈ ਉਹ ਟੇਕਅਪ ਕੋਈ ਕਿਸੇ ਹੋਰ ਪਾਰਟੀ ਨੇ ਤਾਂ ਕਰਨੇ ਨਹੀਂ। ਲੋਕਾਂ ਨੇ ਬੜੇ ਚਾਅ ਨਾਲ ਆਪ ਪਾਰਟੀ ਪਾਵਰ 'ਚ ਲਿਆਂਦੀ ਸੀ ਜਿਹੜੇ ਭਗਤ ਸਿੰਘ ਦੇ ਨਾਂ 'ਤੇ ਆਈ ਸੀਗੀ, ਲੇਕਿਨ ਪੰਜਾਬ ਦੇ ਇਸ਼ੂਜ਼ ਤਾਂ ਬੇਸਿਕ ਉੱਥੇ ਦੇ ਉੱਥੇ ਹੀ ਖੜੇ ਹੈ। ਸੋ ਮੁੜ ਘੁੜ ਕੇ ਗੱਲ ਅਕਾਲੀ ਦਲ 'ਤੇ ਫਿਰ ਆਉਂਦੀ ਹੈ, ਲੇਕਿਨ ਉਹਨੂੰ ਲੀਡਰਸ਼ਿਪ ਨਵੀਂ ਚਾਹੀਦੀ ਹੈ ਤਾਂ ਕਿ ਪਾਰਟੀ ਰਿਵਾਈਵ ਹੋ ਸਕੇ। ਲੇਕਿਨ ਜਦੋਂ ਪ੍ਰਕਾਸ਼ ਸਿੰਘ ਬਾਦਲ ਜਿਸ ਢੰਗ ਨਾਲ ਵਿਚਰਦੇ ਸੀ ਪਹਿਲਾਂ, ਹੁਣ ਉਹ ਨੇਚਰ ਇਹਨਾਂ ਕਿਸੇ ਲੀਡਰ ਦੇ ਲੀਡਰਸ਼ਿਪ ਦੇ ਵਿੱਚ ਹੈ ਨਹੀਂ। ਸਰਦਾਰ ਸਿੱਧੂ ਸਾਹਿਬ ਆਪਣੇ ਆਖਰੀ ਕੁਛ ਰਿਮਾਰਕਸ ਦੇ ਦਿਓ, ਆਪਣੇ ਆਖਰੀ ਸ਼ਬਦ ਕਹਿ ਦਿਓ, ਫਿਰ ਇਹਨੂੰ ਵਾਈਂਡ ਅਪ ਕਰ ਦਈਏ। ਦੇਖੋ ਅਕਾਲੀ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਅੱਜ ਤੱਕ ਕੋਈ ਪਾਰਟੀ ਨਹੀਂ ਕਿਹਾ ਜਾ ਸਕਦਾ ਪੰਜਾਬ ਦੇ ਵਿੱਚ, ਕੋਈ ਆਰਗੇਨਾਈਜੇਸ਼ਨ ਹੈ ਸੱਚ ਨਹੀਂ ਹੈ ਉਹਦੀ, ਜਿਹਨੂੰ ਕਹਿ ਦਈਏ ਵੀ ਕਿਸੇ ਲੈਵਲ ਤੇ ਆਰਗੇਨਾਈਜੇਸ਼ਨ ਖੜੀ ਹੈ। ਠੀਕ ਹੈ, ਚੁਣੀਦੇ ਬੰਦੇ ਉਹਨਾਂ ਦੇ ਹੈ ਖੜੇ ਆ ਜਿਹਨਾਂ ਦੇ ਕਰਕੇ ਪਾਰਟੀ ਨੂੰ, ਜੇ ਅਸੀਂ ਅਕਾਲੀ ਦਲ ਨੂੰ ਕਹੀਏ ਵੀ ਉਹ ਪਾਰਟੀ ਰਿਵਾਈਵ ਹੋਵੇ, ਇਹ ਸਾਨੂੰ ਮੁਹਾਵਰਾ ਮੈਨੂੰ ਲੱਗਦਾ ਵੀ ਬਦਲਣਾ ਪਏਗਾ। ਪਾਰਟੀ ਨੀ, ਪਾਰਟੀ ਨਾਲੋਂ ਪੋਲੀਟਿਕਸ ਰਿਵਾਈਵ ਹੋਵੇ, ਉਹ ਸਿਆਸਤ ਰਿਵਾਈਵ ਹੋਵੇ ਜਿਹੜੀ ਇਹਦੀ ਸਿੱਖਾਂ ਨੂੰ ਵੀ ਲੋੜ ਹੈ ਤੇ ਪੰਜਾਬ ਨੂੰ ਵੀ ਲੋੜ ਹੈ। ਇਸ ਕਰਕੇ ਗੱਲ ਸਾਰੀ ਸਿਆਸਤ ਦੀ ਹੈ, ਇਹ ਕਰ ਸਕਣਗੇ, ਮੇਰਾ ਜਾਤੀ ਖਿਆਲ ਹੈ ਵੀ ਇਹਨਾਂ ਚੋਂ ਕੋਈ ਵੀ ਨਹੀਂ ਕਰ ਸਕਦਾ, ਉਹ ਸਿਆਸਤ ਦੀ ਪੰਜਾਬ ਨੂੰ ਬਹੁਤ ਲੋੜ ਹੈ, ਨਹੀਂ ਫਿਰ ਇੱਕ ਐਕਸਟ੍ਰੀਮ ਦੀ ਪੋਲੀਟਿਕਸ 'ਚ ਚੰਦ ਕੁ ਬੰਦੇ ਰੌਲਾ ਜਿਹਾ ਪਾ ਕੇ ਹਟ ਜਾਂਦੇ ਆ, ਉਹਦੇ ਹਰ ਹਰੀ ਨਵਾਂ ਕੋਈ ਬੰਦਾ ਲਿਆ ਕੇ ਉਹ ਤੋਂ ਬੁਲਾਇਆ ਜਾਂਦਾ, ਉਹ ਇੱਕ ਦੋ ਚਾਰ ਨਾਰੇ ਲਾ ਦਿੰਦੇ ਆ, ਉਹ ਫਿਰ ਪੰਜਾਬ ਦੀ ਪੋਲੀਟਿਕਸ ਘੁੰਮਣ ਘੇਰੀ 'ਚ ਪਈ ਰਹਿੰਦੀ ਆ। ਜਿਹੜੀ ਸਿੱਖਾਂ ਦੀ ਜਮਹੂਰੀਅਤ ਡੈਮੋਕਰੈਟਿਕ ਕੋਈ ਤਨਜ਼ੀਮ ਜਾਂ ਕੋਈ ਬਣਨਾ ਚਾਹੀਦਾ ਸੈਟਅਪ, ਉਹ ਖੜਾ ਹੀ ਨਹੀਂ ਹੁੰਦਾ, ਹੋਣ ਨਹੀਂ ਦਿੱਤਾ ਜਾਂਦਾ। ਇਸ ਕਰਕੇ ਜ਼ਰੂਰੀ ਹੈ ਵੀ ਜਿਹੜਾ ਇਸ ਅੱਜ ਦੇ ਯੁੱਗ ਦੇ ਮੁਤਾਬਕ ਦੀ ਪੋਲੀਟਿਕਸ ਕਰੇ
ਉਹ ਨਾ ਤਾਂ ਅਕਾਲੀ ਦਲ ਕਰ ਸਕਦਾ ਕਿਉਂਕਿ ਇਹ ਪੋਲਿਟਿਕਸ ਛੱਡ ਬੈਠਾ, ਇਸ ਕਰਕੇ ਸਾਨੂੰ ਪੋਲਿਟਿਕਸ ਦੀ ਜ਼ਰੂਰਤ ਹੈ। ਉਹ ਕੋਈ ਜ਼ਰੂਰ ਨਹੀਂ ਅਕਾਲੀ ਦਲ ਇਸੇ ਦੇ ਸਾਰੇ ਸਟਰਕਚਰ 'ਚ ਆਵੇ, ਹੋਰ ਸਟਰਕਚਰ 'ਚ ਵੀ ਆ ਸਕਦਾ, ਗੱਲ ਪੋਲਿਟਿਕਸ ਦੀ ਆ। ਇਸ ਕਰਕੇ ਸਿੱਖਾਂ ਲਈ ਵੀ ਤੇ ਪੰਜਾਬ ਲਈ ਉਸ ਪੋਲਿਟਿਕਸ ਦੀ ਬਹੁਤ ਜ਼ਰੂਰਤ ਹੈ, ਤੇ ਨਹੀਂ ਤਾਂ ਫਿਰ ਇਹ ਘੁੰਮਣ ਘੇਰੀ ਪਈ ਰਹੂਗੀ ਤੇ ਇਹ ਪਈ ਪਈ ਹੈ ਤੇ ਬੜੀ ਸੌਖੀ ਹੈ ਪਾਉਣੀ, ਹਰ ਵਾਰੀ ਪਾ ਦਿੱਤਿਆ ਜਾਂਦਾ ਬੜੇ ਸੌਖੇ ਜਿਹੇ ਤਰੀਕੇ ਨਾਲ, ਇੱਕ ਅੱਧਾ ਬੰਦਾ ਫੜ ਕੇ ਉਹ ਤੋਂ ਸਾਰਾ ਕੁਝ ਘੁਮਾਇਆ ਜਾਂਦਾ, ਤੇ ਨਹੀਂ ਇਹ ਚੱਲਦਾ ਰਹੇ। ਆਖਰੀ ਗੱਲ ਕਰਦੇ ਆ, ਇਸ਼ੂ ਜਿਹੜੀ ਜਿਹੜੀ ਸਿਆਸਤ ਹੈ ਨਾ ਨਵੀਂ ਜਿਹੜੀ ਵਾਪਸ ਲਿਆਉਣੀ, ਉਹਦੀ ਆਰਟੀਕੂਲੇਸ਼ਨ ਕਰਨ ਵਾਸਤੇ ਪਾਰਟੀ ਚਾਹੀਦੀ ਹੈ, ਉਹ ਭਾਵੇਂ ਅਕਾਲੀ ਦਲ ਰਿਵਾਈਵਡ ਹੋਵੇ ਜਾਂ ਨਵਾਂ ਅਕਾਲੀ ਦਲ ਬਣੇ, ਗੱਲ ਅਕਾਲੀ ਦਲ ਦੀ ਹੈ ਜਿਹੜਾ ਵੀ। ਮੈਂ ਸਰਦਾਰ ਜਗਤਾਰ ਸਿੰਘ ਜੀ ਇੱਕ ਇਹੀ ਤਾਂ ਸਵਾਲ ਆਖਰੀ ਲੈਣਾ ਚਾਹੁੰਦਾ ਤੁਹਾਡੇ ਕੋਲ, ਲੈ ਲੈਂਦੇ ਹਾਂ ਕਿ ਜਦੋਂ ਅਕਾਲੀ ਦਲ ਨੇ ਸਪੇਸ ਖਾਲੀ ਕਰਤੀ ਤੇ ਉਸ ਤੋਂ ਬਾਅਦ ਮੈਨੂੰ ਯਾਦ ਆਉਂਦਾ ਹੈ ਸੁਖਪਾਲ ਸਿੰਘ ਖਹਿਰਾ ਜਦੋਂ ਆਮ ਆਦਮੀ ਪਾਰਟੀ ਚੋਂ ਨਿਕਲਦੇ ਆ, ਇਹ ਬਠਿੰਡੇ 'ਚ ਕਨਵੈਨਸ਼ਨ ਕਰਦੇ ਆ, ਵਲੰਟੀਅਰ ਕਨਵੈਨਸ਼ਨ, ਉਦੋਂ ਵੀ ਲੋਕ ਮੋਢਿਆਂ ਤੇ ਪਰਨੇ ਰੱਖ ਕੇ ਚਲੇ ਗਏ। ਉਸ ਤੋਂ ਬਾਅਦ ਦੇ ਜਿਹੜੇ ਖੇਤੀ ਕਾਨੂੰਨਾਂ ਵਾਲੀ ਸਾਰੀ ਦੀ ਸਾਰੀ ਜਿੰਨੀ ਵਰਕ ਫੋਰਸ ਹੈ ਉੱਥੇ ਜਿੰਨੇ ਲੋਕ ਗਏ ਆ, ਮੈਨੂੰ ਲੱਗਦਾ ਉਹ ਇਸ ਖਿੱਤੇ ਲਈ ਲੜਨ ਵਾਲੇ ਤੇ ਜੂਝਣ ਵਾਲੇ ਲੋਕ ਸੀ। ਤੇ ਫਿਰ ਜਦੋਂ ਦੀਪ ਸਿੱਧੂ ਦੀ ਮੌਤ ਹੁੰਦੀ ਹੈ ਤੇ ਉਸ ਤੋਂ ਬਾਅਦ ਜਿਹੜੀ ਸਿੱਧੂ ਮੂਸੇਵਾਲੇ ਦੀ ਮੌਤ ਹੁੰਦੀ ਹੈ, ਇੱਕ ਵੈਕਿਊਮ, ਇੱਕ ਜਿਹੜਾ ਸਪੇਸ ਹੈ, ਉਹੀ ਲੋਕ ਜਾ ਕੇ ਤਲਾਸ਼ਦੇ ਆ। ਤੇ ਹੁਣ ਲੇਟੈਸਟ ਅੰਮ੍ਰਿਤਪਾਲ ਦੇ ਨਾਲ ਚੱਲਣ ਵਾਲੇ ਲੋਕ ਵੀ ਤੇ ਇਸ ਖਿੱਤੇ ਨਾਲ ਹੀ ਜੁੜੇ ਹੋਏ ਆ, ਭਾਵੇਂ ਆਪਾਂ ਉਹਨਾਂ ਨੂੰ ਗਰਮ ਖਿਆਲੀ ਕਹਿ ਲਈਏ, ਕਿਉਂਕਿ ਗੱਲ ਜਦੋਂ ਹੁੰਦੀ ਹੈ, ਦੇਖੋ ਸਟਰਗਲ ਨੂੰ ਕਿਸੇ ਨੇ ਸ਼ੇਪ ਦੇਣੀ ਹੁੰਦੀ ਆ, ਸਟਰਗਲ ਹੁੰਦਾ ਤਾਂ ਇੱਥੋਂ ਦੇ ਹਿੱਤਾਂ ਲਈ ਲੜਨ ਦਾ ਹੀ ਇੱਕ ਨਾਂ ਹੈ ਨਾ, ਇਹਨੂੰ ਤੁਸੀਂ ਕਿਸ ਤਰੀਕੇ ਨਾਲ ਅਗਵਾਈ ਦੇਣੀ ਆ। ਤੇ ਜੇ ਕੋਈ ਹੋਰ ਜ਼ਿਆਦਾ ਗਰਮ ਤਰੀਕੇ ਨਾਲ ਦਿੰਦਾ ਤੇ ਜ਼ਰਾ ਉਹ ਛੇਤੀ ਉਬਾਲਾ ਮਾਰ ਜਾਂਦਾ ਨੌਜਵਾਨੀ ਖੂਨ। ਇਹ ਜਿਹੜੀ ਚੀਜ਼ ਹੈ ਅਜੇ ਪੂਰੀ ਤਰ੍ਹਾਂ ਇਹ ਸਰਕਲ ਦੇ ਵਿੱਚ ਹੈ, ਇਹ ਘੇਰਿਆਂ 'ਚ ਘੁੰਮ ਰਹੀ ਹੈ ਕਿ ਆਖਰ ਅਕਾਲੀ ਦਲ ਵੱਲੋਂ ਖਾਲੀ ਕੀਤੀ ਗਈ ਜਗ੍ਹਾ ਨੂੰ ਕੌਣ ਭਰੇ। ਇਹ ਸਵਾਲ ਤਾਂ ਅਜੇ ਵੀ ਲਗਾਤਾਰ ਹਰ 2 ਮਹੀਨੇ ਬਾਅਦ ਵੀ ਭਾਵੇਂ ਤੁਸੀਂ ਇਹਨੂੰ ਅਜਮਾ ਕੇ ਦੇਖ ਲਓ, ਇੰਝ ਹੀ ਲੱਗ ਰਿਹਾ। ਤੁਸੀਂ ਇੱਕ ਹੋਰ ਓਵਰਲੁੱਕ ਕਰ ਗਏ ਡਿਵੈਲਪਮੈਂਟ, ਜਿਸ ਦਿਨ ਮਨਪ੍ਰੀਤ ਸਿੰਘ ਬਾਦਲ ਨੇ ਖਟਖੜ ਕਲਾਂ ਇਕੱਠ ਕੀਤਾ ਸੀ, ਉਹ ਬੜਾ ਕਮਾਲ ਦਾ ਇਕੱਠ ਸੀ, ਕੋਈ 1 ਲੱਖ ਬੰਦਾ ਉੱਥੇ ਇਕੱਠਾ ਹੋ ਗਿਆ ਸੀ ਜੀ, ਔਰ 4 ਘੰਟੇ ਲੋਕ ਬੱਜ ਕੇ, ਮਤਲਬ ਜਿਹੜੇ ਖੜੇ ਸੀ ਉਹ ਖੜੇ ਰਹੇ, ਹਿੱਲੇ ਤੱਕ ਨਹੀਂ, ਇੰਨੀ ਡਿਵੋਟਡ ਕਰਾਊਡ ਮੈਂ ਉਸ ਤੋਂ ਬਾਅਦ ਕਦੇ ਨਹੀਂ ਦੇਖੀ, ਜਾਂ ਉਸ ਤੋਂ ਬਾਅਦ ਚੱਬੇ ਇਕੱਠ ਹੋਇਆ ਸੀ ਉਹ ਸੀ। 2 ਮੈਸਿਵ ਇਹ ਗੈਦਰਿੰਗ ਸੀਗੀਆਂ ਜਿਹਦੇ 'ਚ ਲੋਕਾਂ ਦੀਆਂ ਭਾਵਨਾਵਾਂ ਸਾਹਮਣੇ ਨਜ਼ਰ ਆ ਰਹੀਆਂ ਸੀਗੀਆਂ, ਲੋਕਾਂ ਨੂੰ ਆਸ ਸੀ ਕਿ ਸਾਡੇ ਸਾਨੂੰ ਕੋਈ ਲੀਡਰਸ਼ਿਪ ਅੱਗੇ ਮਿਲੇਗੀ। ਲੋਕ ਅੱਜ ਵੀ ਇੱਕ ਲੀਡਰਸ਼ਿਪ ਦੀ ਤਲਾਸ਼ ਦੇ ਵਿੱਚ, ਉਹ ਲੀਡਰਸ਼ਿਪ ਨਹੀਂ ਮਿਲ ਰਹੀ। ਲੀਡਰਸ਼ਿਪ ਅਤੇ ਏਜੰਡਾ 2 ਗੱਲਾਂ ਇਕੱਠੀਆਂ ਹੋਇਆ ਕਰਦੀਆਂ, ਲੀਡਰ ਏਜੰਡੇ ਤੋਂ ਬਿਨਾਂ ਲੀਡਰ ਕਦੇ ਵੀ ਨਹੀਂ ਹੁੰਦਾ। ਬੰਦਾ ਲੀਡਰ ਉਹੀ ਬਣਦਾ ਹੈ ਜਿਹੜਾ ਕੋਈ ਪ੍ਰੋ ਪੀਪਲ ਏਜੰਡਾ ਲੋਕਾਂ ਨੂੰ ਦੇ ਸਕੇ, ਉਹਦੀ ਅੱਜ ਵੀ ਘਾਟ ਹੈ। ਇਸ ਕਰਕੇ ਪੰਜਾਬ ਦੇ ਲੋਕ ਵਾਰ ਵਾਰ ਇੱਕ ਐਕਸਪੈਰੀਮੈਂਟ ਕਰ ਰਹੇ ਹੈ। ਹੁਣ ਅੰਮ੍ਰਿਤਪਾਲ ਉਸ ਐਕਸਪੈਰੀਮੈਂਟ ਦੇ ਵਿੱਚ ਲੇਟੈਸਟ ਪਲੇਅਰ ਹੈ, ਲੇਕਿਨ ਉਹ ਮਾਸ ਪੋਲੀਟਿਕਸ ਦਾ ਸਿੰਬਲ ਨਹੀਂ ਹੈ, ਉਹ ਰੈਡੀਕਲ ਪੋਲੀਟਿਕਸ ਦਾ ਸਿੰਬਲ ਹੈ। ਜਿਹਨੇ ਲੀਡਰ ਬਣਨਾ ਹੈ ਉਹਨੂੰ ਮਾਡਰੇਟ ਪੋਲੀਟਿਕਸ ਦੇ ਵਿੱਚ ਦੇ ਸਫੀਅਰ ਦੇ ਵਿੱਚ ਆਉਣਾ ਪਏਗਾ, ਤਾਂ ਉਹ ਲੀਡਰ ਮਰਜ ਹੋਏਗਾ। ਰੈਡੀਕਲ ਸਫੀਅਰ ਦੇ ਵਿੱਚ ਕੁਛ ਦਿਨ ਬੰਦਾ ਚੱਲਦਾ ਹੈ, ਜਿਵੇਂ ਸਿਮਰਜੀਤ ਮਾਨ ਕਦੇ ਜਿੱਤ ਗਏ ਕਦੇ ਹਾਰ ਗਏ, ਲਿਮਿਟਿਡ ਸਕੋਪ, ਸੰਗਰੂਰ ਜਿੱਤਣ ਤੋਂ ਬਾਅਦ ਵੀ ਮਤਲਬ ਅੱਗੇ ਨਹੀਂ ਵੱਧ ਸਕੇ, ਇਸ ਪੋਲੀਟਿਕਸ ਦੀ ਇੱਕ ਲਿਮਿਟੇਸ਼ਨ ਹੈ। ਸੋ ਇੱਕ ਪ੍ਰੋਪਰ ਏਜੰਡਾ ਲੈ ਕੇ ਜਿਹੜਾ ਲੀਡਰ ਪੰਜਾਬ ਦਾ ਅੱਗੇ ਵਧੇਗਾ ਮਾਡਰੇਟ ਸਫੀਅਰ ਦੇ ਵਿੱਚ, ਉਹ ਗੈਪ ਨੂੰ ਪੂਰਾ ਕਰੇਗਾ, ਹਾਲੇ ਨਜ਼ਰ ਨਹੀਂ ਆ ਰਿਹਾ। ਇਹਦੇ ਵਿੱਚ ਮੈਂ ਛੋਟੀ ਜਿਹੀ ਗੱਲ ਕਹਿਣਾ ਚਾਹੁੰਦਾ ਹੈ ਵੀ ਅੰਮ੍ਰਿਤਪਾਲ ਨਾਰਾ ਹੀ ਖਾਲਿਸਤਾਨ ਦਾ ਲਾਈ ਜਾਂਦਾ ਤੇ ਮਾਨ ਵੀ 30-40 ਸਾਲ ਤੋਂ ਲਾਈ ਜਾਂਦਾ, ਉਦੋਂ ਅੱਗੇ ਨਾ ਤਾਂ ਉਹਦੇ ਕੋਲੇ ਕੋਈ ਪੋਲੀਟਿਕਸ ਹੈ ਅੰਮ੍ਰਿਤਪਾਲ ਕੋਲੇ, ਨਾ ਮਾਨ ਕੋਲੇ ਕੋਈ ਪੋਲੀਟਿਕਸ ਹੈ, ਇਸ ਕਰਕੇ ਨਾ ਗਰਮ ਖਿਆਲੀ ਪੋਲੀਟਿਕਸ ਹੈ। ਜੇ ਸਵਾਲ ਹੈ ਵੀ ਤੁਸੀਂ ਪੋਲੀਟਿਕਸ ਕਿਹੜੀ ਲੈ ਕੇ ਆਉਣਾ, ਉਹ ਜਦੋਂ ਤੁਹਾਡੇ ਕੋਲ ਪੋਲੀਟਿਕਸ ਸਹੀ ਹੁੰਦੀ ਹੈ, ਆਰਗੇਨਾਈਜੇਸ਼ਨ ਵੀ ਖੜੀ ਹੋ ਜਾਂਦੀ ਹੈ, ਤਾਂ ਤੁਹਾਡੀ ਗੱਲ ਸੁਣਨ ਲਈ ਲੋਕ ਤਿਆਰ ਵੀ ਹੋ ਜਾਂਦੇ ਆ, ਤੁਹਾਡੇ ਪਿੱਛੇ ਵੀ ਲੱਗ ਜਾਂਦੇ ਆ। ਸਵਾਲ ਤਾਂ ਪੋਲੀਟਿਕਸ ਦਾ, ਇਸ ਕਰਕੇ ਇਹ ਨਹੀਂ ਹੈ ਵੀ ਪਹਿਲਾਂ ਆਰਗੇਨਾਈਜੇਸ਼ਨ ਬਣੂ ਬਾਅਦ ਚ ਪੋਲੀਟਿਕਸ ਆਊ, ਪਹਿਲਾਂ ਪੋਲੀਟਿਕਸ ਆਊ ਫਿਰ ਆਰਗੇਨਾਈਜੇਸ਼ਨ ਉੱਤੇ ਖੜੀ ਹੋਏਗੀ। ਇਸ ਕਰਕੇ ਤੇ ਨਾ ਗਰਮ ਵਾਲਿਆਂ ਕੋਲੇ ਪੋਲੀਟਿਕਸ ਆ ਤੇ ਨਾ ਬਾਦਲ ਪਰਿਵਾਰ ਕੋਲੇ ਨਰਮ ਵਾਲਿਆਂ ਕੋਲੇ, ਇਸ ਕਰਕੇ ਪੋਲੀਟਿਕਸ ਵਾਲਾ ਕੋਈ ਬੰਦਾ ਆਊ ਤਾਂ ਲੀਡਰਸ਼ਿਪ ਤੇ ਜਾਂ ਪਾਰਟੀ ਖੜੀ ਹੋ ਜਾਏ। 1.5 ਦਹਾਕੇ ਤੋਂ ਲੋਕਾਂ ਦੀ ਤਲਾਸ਼ ਜਾਰੀ ਹੈ, 1.5 ਦਹਾਕੇ ਤੋਂ ਲੋਕ ਸਾਰੀਆਂ ਪਾਰਟੀਆਂ ਦੇ ਹੁੰਦਿਆਂ ਸੁਣਦਿਆਂ ਕਿਤੇ ਇੱਥੋਂ ਦੇ ਹਿੱਤਾਂ ਲਈ ਲੜਨ ਵਾਲੀ ਪਾਰਟੀ ਲੱਭ ਰਿਹਾ।
ਬਹੁਤ ਮਿਹਰਬਾਨੀ, ਥੈਂਕ ਯੂ, ਸ਼ੁਕਰੀਆ।